ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਹਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਾਂ ਖੋਵੈ ਗੁਰ ਨਵ ਨਿਧ ਦਰੀਆਓ ਜਨਮ ਹਮ ਕਾਲ ਕਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਪਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਮਿਹਰਾਮਤ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਸੱਜ ਕੇ ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਆਪ ਜੀ ਨੇ ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਪੰਥਕ ਮੁੱਦਿਆਂ ਬਾਬਤ ਵਿਚਾਰਾਂ ਸ਼ਰਵਣ ਕੀਤੀਆਂ ਨੇ ਸੋ ਆਓ ਗੁਰਮਤਿ ਵਿਚਾਰ ਸਤਿਗੁਰੂ ਦੀ ਪਾਵਨ ਬਾਣੀ ਦੇ ਉਪਦੇਸ਼ ਨੂੰ ਵਿਚਾਰਨ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਆਪਾਂ ਸਾਰੇ ਹੀ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅੰਗਦ ਸਾਹਿਬ ਦੂਸਰੀ ਪਾਤਸ਼ਾਹੀ ਮਹਾਰਾਜ ਦੇ ਗੁਰਤਾ ਗੱਦੀ ਦਿਵਸ ਅਤੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੋਤੀ ਜੋਤ ਦਿਹਾੜੇ ਦੇ ਸੰਬੰਧ ਵਿੱਚ ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਕੁਝ ਨੁਕਤੇ ਜੋ ਗੁਰਬਾਣੀ ਦੇ ਫਲਸਫੇ ਨਾਲ ਵੀ ਸੰਬੰਧਿਤ ਨੇ
ਅਤੇ ਜਿਨ੍ਹਾਂ ਤੋਂ ਸਾਨੂੰ ਗੁਰੂ ਮਹਾਰਾਜ ਦੇ ਪਾਵਨ ਜੀਵਨ ਸੰਬੰਧੀ ਵੀ ਰੋਸ਼ਨੀ ਪ੍ਰਾਪਤ ਹੁੰਦੀ ਹੈ, ਆਪਾਂ ਉਹਨਾਂ ਨੂੰ ਸਾਂਝਿਆਂ ਕਰਨ ਦਾ ਯਤਨ ਕਰਾਂਗੇ। ਗੁਰੂ ਮਹਾਰਾਜ ਦੇ ਦੋ ਹਜ਼ੂਰੀ ਸਿੱਖ, ਗੁਰੂ ਕੇ ਕੀਰਤਨੀਏ, ਗੁਰੂ ਕੇ ਰਬਾਬੀ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ, ਜਿਨ੍ਹਾਂ ਦੀ ਅੱਠ ਪੌੜੀਆਂ ਦੀ ਉਚਾਰਨ ਕੀਤੀ ਅਤੇ ਗਾਈ ਹੋਈ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਰਾਗ ਰਾਮਕਲੀ ਦੇ ਵਿੱਚ ਦਰਜ ਹੈ, ਜਿਹੜੀ ਗੁਰਮਤ ਫਲਸਫੇ ਨੂੰ ਬੜੇ ਸੁਚੱਜੇ ਤਰੀਕੇ ਦੇ ਨਾਲ ਬਿਆਨਦੀ ਹੈ। ਇੱਕ ਗੱਲ ਨੂੰ ਹਮੇਸ਼ਾ ਹੀ ਚੇਤੇ ਵਿੱਚ ਰੱਖੀਏ, ਭਾਵੇਂ ਉਹ ਗੁਰਸਿੱਖਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਸਾਰੇ ਗੁਰਸਿੱਖਾਂ ਦੀ ਕਤਾਰ ਵਿੱਚ ਹੀ ਆ ਜਾਂਦੇ ਨੇ। ਗੁਰੂ ਮਹਾਰਾਜ ਨੇ ਇਹਨਾਂ ਮਹਾਨ ਸਤਿਪੁਰਖਾਂ ਦੀ ਬਾਣੀ ਇਸ ਕਰਕੇ ਆਪਣੀ ਬਾਣੀ ਦੇ ਨਾਲ ਇਕੱਤਰ ਕੀਤੀ ਹੈ, ਕਿਉਂਕਿ ਇਹਨਾਂ ਦਾ ਹਰ ਬੋਲ, ਇਹਨਾਂ ਦੀ ਰਚੀ ਹੋਈ ਹਰ ਇੱਕ ਪੰਕਤੀ ਜਿਹੜੀ ਹੈ ਉਹ ਗੁਰਮਤ ਦੇ ਗੋਹਜ ਅਰਥਾਂ ਨੂੰ ਬਿਆਨ ਕਰਦੀ ਹੈ। ਜਿਵੇਂ ਭਾਈ ਸੱਤਾ ਅਤੇ ਬਲਵੰਡ ਜੀ ਨੇ ਗੁਰੂ ਪਰੰਪਰਾ ਬਾਬਤ ਜੋ ਲਿਖਿਆ ਹੈ ਉਹਦਾ ਤੋੜ ਕੋਈ ਨਹੀਂ ਅੱਜ ਤੱਕ। ਜੋ ਭੱਟ ਸਾਹਿਬਾਨਾਂ ਨੇ ਆਪਣੇ ਸਵਈਆਂ ਦੇ ਵਿੱਚ ਗੁਰੂ ਜੋਤ ਦੀ ਮਹਿਮਾ ਬਿਆਨ ਕੀਤੀ ਹੈ, ਜੋ ਗੁਰਮਤ ਦਾ ਫਲਸਫਾ ਹੈ ਗੁਰੂ ਦੇ ਬਾਬਤ, ਉਸ ਨੂੰ ਇੰਨੀ ਖੂਬਸੂਰਤੀ ਨਾਲ ਉਹਨਾਂ ਨੇ ਬਿਆਨਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਯੋਗ ਜਾਤਾ ਵੀ ਆਉਣ ਵਾਲੀਆਂ ਨਸਲਾਂ ਨੂੰ ਇਸ ਫਲਸਫੇ ਦੀ ਵਿਆਖਿਆ ਤੋਂ ਜਾਣੂ ਕਰਾਉਣਾ ਬੇਹੱਦ ਜ਼ਿਆਦਾ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਨੇ ਉਹਨਾਂ ਮਹਾਨ ਪੁਰਖਾਂ ਦੀ ਬਾਣੀ, ਕਿਉਂਕਿ ਉਹ ਗੁਰਮਤ ਦੇ ਫਲਸਫੇ ਦੀ ਹੀ ਵਿਆਖਿਆ ਖੂਬਸੂਰਤੀ ਨਾਲ ਕਰਦੀ ਸੀ, ਸਤਿਗੁਰੂ ਪਾਤਸ਼ਾਹ ਨੇ ਉਹਨੂੰ ਬਾਣੀ ਦੇ ਵਿੱਚ ਥਾਂ ਦਿੱਤੀ। ਔਰ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੋਥੀ ਸਾਹਿਬ ਦੇ ਸੰਪਾਦਨ ਵਕਤ 'ਤੇ ਸਾਰੀ ਦੀ ਸਾਰੀ ਬਾਣੀ ਨੂੰ ਨਾਲ ਐਡ ਕੀਤਾ, ਦਰਜ ਕੀਤਾ। ਇੱਕ ਬਚਨ ਭਾਈ ਸੱਤਾ ਬਲਵੰਡ ਜੀ ਨੇ ਆਪਣੀ ਵਾਰ ਦੀ ਪਹਿਲੀ ਪੰਕਤੀ ਦੇ ਵਿੱਚ ਕਿਹਾ ਹੈ। ਉਹ ਕਹਿੰਦੇ ਨੇ, ਭਲੇ ਹੀ ਅਸੀਂ ਮਹਾਨ ਪੁਰਖਾਂ ਦੀ ਸ਼ੋਭਾ ਕਰਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੀ ਅਸੀਂ ਸਿਫਤ ਕਰਦੇ ਹਾਂ, ਸਾਡੇ ਕੋਲ ਸਿਫਤ ਕਰਨ ਵਾਸਤੇ ਆਪਣੇ ਆਪਣੇ ਸ਼ਬਦ ਹੁੰਦੇ ਨੇ, ਪਰ ਕਦੇ ਗੌਰ ਕਰਿਓ, ਕਈ ਵਾਰ ਬਹੁਤੇ ਸ਼ਬਦ ਸਾਡੇ ਕੋਲ ਸੁਣੇ ਸੁਣਾਏ ਹੁੰਦੇ ਨੇ। ਇਹ ਠੀਕ ਹੈ ਵੀ ਅਸੀਂ ਜਿਵੇਂ ਪੀੜ੍ਹੀ ਦਰ ਪੀੜ੍ਹੀ ਸਮਾਜ ਵਿੱਚ ਜਿਸ ਵਿੱਚ ਰਹਿੰਦੇ ਹਾਂ, ਇੱਕ ਦੂਜੇ ਤੋਂ ਸੁਣ ਕੇ ਸਿੱਖਦੇ ਹਾਂ, ਪੜ੍ਹ ਕੇ ਸਿੱਖਦੇ ਹਾਂ, ਕੋਲ ਬੈਠ ਕੇ ਸਿੱਖਦੇ ਹਾਂ, ਪਰ ਜਿੰਨਾ ਚਿਰ ਉਸ ਸਿੱਖੇ ਹੋਏ ਦਾ ਚਿੰਤਨ ਨਾ ਕੀਤਾ ਜਾਏ, ਉਹਦਾ ਆਪਣੇ ਮਨ ਅੰਦਰ ਵਿਚਾਰ ਨਾ ਕੀਤਾ ਜਾਏ, ਉਸ ਗੱਲ ਦੀ ਡੂੰਘਾਈ ਤੱਕ ਪਹੁੰਚਿਆ ਨਹੀਂ ਜਾ ਸਕਦਾ। ਯਥਾ ਜਿਵੇਂ ਹਜ਼ੂਰ ਨੇ ਕਿਹਾ ਨਾ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਵੀ ਸੁਣ ਕੇ ਕਿਸੇ ਚੀਜ਼ ਦੀ ਸਿਫਤ ਕਰ ਲੈਣੀ ਬਹੁਤ ਚੰਗੀ ਹੈ, ਵਧੀਆ ਗੱਲ ਹੈ, ਵੀ ਚੰਗੀ ਗੱਲ ਸੁਣੋ ਅਤੇ ਉਹਨੂੰ ਪਾਸ ਕਰੋ, ਇਹ ਵੀ ਇੱਕ ਚੰਗਿਆਈ ਹੈ, ਪਰ ਕੇਵਲ ਉਹ ਸ਼ਬਦਾਂ ਦੀ ਖੇਡ ਹੀ ਨਾ ਬਣ ਕੇ ਰਹਿ ਜਾਏ, ਵੀ ਮੈਂ ਕਿਸੇ ਕੋਲੋਂ ਵਡਿਆਈ ਦੇ ਸ਼ਬਦ ਸੁਣੇ ਅਤੇ ਉਹੀ ਸ਼ਬਦ ਮੈਂ ਦੁਹਰਾ ਦਿਆਂ, ਪਰ ਉਹਦਾ ਮਤਲਬ, ਉਹਦਾ ਭਾਵ, ਉਹਦੀ ਗਹਿਰਾਈ ਨੂੰ ਮੈਂ ਸਾਰੀ ਜ਼ਿੰਦਗੀ ਨਾ ਸਮਝ ਪਾਵਾਂ, ਅਤੇ ਇਹਦਾ ਮਤਲਬ ਹੈ ਵੀ ਮੈਂ ਕੰਢੇ 'ਤੇ ਹੀ ਬੈਠਾ ਰਿਹਾ, ਉਸ ਸਾਗਰ ਦੇ ਵਿੱਚ ਉਤਰ ਕੇ ਉਹਦੇ ਮੋਤੀਆਂ ਨੂੰ, ਉਹਦੀ ਕੀਮਤੀ ਵਸਤ ਨੂੰ ਮੈਂ ਹਾਸਲ ਨਹੀਂ ਕਰ ਸਕਿਆ। ਇਹ ਉਵੇਂ ਜਿਵੇਂ ਤੁਸੀਂ ਕੋਈ ਤੁਹਾਨੂੰ ਕਿਸੇ ਬਗੀਚੇ ਦੇ ਕੋਲ ਲੈ ਗਿਆ, ਬਾਗ ਦੇ ਕੋਲ ਲੈ ਗਿਆ, ਜਿੱਥੇ ਬੜੇ ਪੱਕੇ ਫਲ ਲੱਗੇ ਹੋਏ ਨੇ, ਪਰ ਤੁਸੀਂ ਬਾਗ ਦੇ ਬਾਹਰ ਹੀ ਬੈਠੇ ਰਹੋ ਅਤੇ ਉਹਨਾਂ ਫਲਾਂ ਨੂੰ ਵੇਖਦੇ ਰਹੋ, ਉਹਨਾਂ ਨੂੰ ਖਾਵੋ ਨਾ, ਤਾਂ ਤੁਹਾਨੂੰ ਸਵਾਦ ਨਹੀਂ ਆਏਗਾ। ਉਹਦੀ ਵਡਿਆਈ ਇਹ ਸੀ ਲਿਜਾਣ ਵਾਲੇ ਦੀ ਵੀ ਉਹ ਤੁਹਾਨੂੰ ਮੰਜ਼ਿਲ ਦੇ ਨੇੜੇ ਲੈ ਗਿਆ, ਪਰ ਅਗਲੀ ਹਿੰਮਤ ਜਾਣ ਵਾਲੇ ਨੂੰ ਕਰਨੀ ਪੈਣੀ ਸੀ ਵੀ ਉਹ ਉਸ ਬਾਗ ਦੇ ਅੰਦਰ ਜਾਂਦਾ, ਪੱਕਿਆ ਹੋਇਆ ਫਲ ਉੱਥੋਂ ਤੋੜਦਾ ਅਤੇ ਉਸ ਨੂੰ ਚੱਖਦਾ ਅਤੇ ਉਹਦਾ ਸਵਾਦ ਮਾਣਦਾ। ਕੋਈ ਵੱਡੇ ਬੋਲ ਸਾਡੇ ਤੱਕ ਪਹੁੰਚਾਉਂਦਾ, ਕੀਮਤੀ ਗੱਲ ਸਾਨੂੰ ਦੱਸਦਾ, ਇਹ ਉਹਦਾ ਧੰਨਵਾਦ ਹੈ ਵੀ ਉਹਨੇ ਸੇਧ ਦੇ ਦਿੱਤੀ।
ਪਰ ਉਹਨਾਂ ਸ਼ਬਦਾਂ ਦਾ ਸਵਾਦ ਲੈਣਾ, ਆਨੰਦ ਲੈਣਾ, ਜੀਵਨ ਵਿੱਚ ਅਨੁਭਵ ਪ੍ਰਾਪਤ ਕਰਨਾ, ਇਹ ਸਾਡੀ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਸਾਡਾ ਆਪਣਾ ਯਤਨ ਹੋਣਾ ਚਾਹੀਦਾ। ਤੋ ਮੈਂ ਜਿਹੜੀ ਬਿਨੈ ਕਰ ਰਿਹਾ ਸਾਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਵਿੱਚ ਆਪਾਂ ਬਹੁਤ ਕੁਝ ਕੱਥਦੇ ਹਾਂ, ਪਰ ਜਦੋਂ ਅਸੀਂ ਭਾਈ ਸੱਤਾ ਅਤੇ ਬਲਵੰਡ ਜੀ ਦੀ ਵਾਰ ਨੂੰ ਪੜ੍ਹਦੇ ਹਾਂ, ਉਹਨਾਂ ਕਿਸੇ ਤੋਂ ਉਧਾਰੇ ਸ਼ਬਦ ਲੈ ਕੇ ਗੁਰੂ ਦੀ ਸ਼ੋਭਾ ਨਹੀਂ ਕੀਤੀ। ਇਹ ਉਹਨਾਂ ਦੇ ਅੰਤਰ ਆਤਮੇ ਦੀ ਆਵਾਜ਼ ਹੈ, ਜਿਵੇਂ ਉਹਨਾਂ ਗੁਰੂ ਨੂੰ ਜਾਣਿਆ ਤਿਵੇਂ ਬਿਆਨ ਕੀਤਾ, ਇਹ ਉਹਨਾਂ ਦਾ ਚਿੰਤਨ ਹੈ। ਉਧਾਰੇ ਸ਼ਬਦਾਂ ਨਾਲ ਤਾਂ ਮੇਰੇ ਵਰਗੇ ਬਹੁਤ ਸਿਫਤਾਂ ਦੇ ਪੁਲ ਬੰਨਦੇ ਹੋਣਗੇ। ਮਹਾਰਾਜ ਜਾਣਦੇ ਸਨ ਵੀ ਚਿੰਤਨ ਵੀ ਤਾਂ ਹੋਣਾ ਚਾਹੀਦਾ, ਜੀਵਨ ਵਿੱਚ ਉਸ ਚੀਜ਼ ਦਾ ਸਵਾਦ ਵੀ ਤਾਂ ਬੰਦੇ ਨੇ ਮਾਣਿਆ ਹੋਵੇ। ਭੱਟ ਸਾਹਿਬਾਨਾਂ ਦੇ ਸ਼ਬਦ ਉਧਾਰੇ ਨਹੀਂ ਹਨ ਵੀ ਕਿਸੇ ਤੋਂ ਸੁਣੇ ਗੁਰੂ ਦੀ ਮਹਿਮਾ ਵਿੱਚ ਅਤੇ ਕਹਿ ਦਿੱਤੇ, ਨਹੀਂ, ਉਹਨਾਂ ਨੇ ਜੋ ਕੁਝ ਵੀ ਗੁਰੂ ਬਾਬਤ ਆਖਿਆ ਉਹਨੂੰ ਜੀ ਕੇ ਵੇਖਿਆ, ਨੇੜੇ ਹੋ ਕੇ ਵੇਖਿਆ, ਉਸ ਨੂੰ ਜ਼ਿੰਦਗੀ ਵਿੱਚ ਕਮਾ ਕੇ ਵੇਖਿਆ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਜਿਹੜੀ ਹੈ, ਗੁਰਮਤ ਦਾ ਜਿਹੜਾ ਫਲਸਫਾ ਹੈ ਗੁਰਬਾਣੀ, ਮੈਂ ਕਈ ਵਾਰ ਇਸ ਗੱਲ ਦਾ ਅੱਗੇ ਵੀ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਏਡੇ ਵੱਡੇ ਵੱਡੇ ਵਿਦਵਾਨਾਂ ਨੂੰ ਮਿਲੇ, ਸਕਾਲਰਾਂ ਨੂੰ ਮਿਲੇ, ਵੱਡੇ ਵੱਡੇ ਧਰਮ ਗ੍ਰੰਥਾਂ ਦੀ ਐਕਸਪਲੇਨੇਸ਼ਨ ਕਰਨ ਵਾਲੇ ਵਿਆਖਿਆਕਾਰਾਂ ਕੋਲ ਗਏ, ਕਿੱਥੇ ਅਰਬ ਦੇ ਮੁਲਕਾਂ ਤੱਕ ਅਤੇ ਕਿੱਥੇ ਭਾਰਤੀ ਪਰੰਪਰਾ ਦੇ ਵੱਡੇ ਵੱਡੇ ਸ਼ਹਿਰ ਅਤੇ ਵਿਦਿਆਲੇ ਪਾਠਸ਼ਾਲਾਵਾਂ ਤੱਕ ਵੱਡੇ ਵੱਡੇ ਧੁਰੰਤਰ ਵਿਦਵਾਨਾਂ ਪੰਡਤਾਂ ਦੇ ਨਾਲ ਗੁਰੂ ਦਾ ਵਾਰਤਾਲਾਪ ਹੋਇਆ, ਪਰ ਗੁਰੂ ਸਾਹਿਬ ਕਿਸੇ ਵੀ ਵਿਦਵਾਨ ਦੀ ਲਿਖਤ ਦਾ ਇੱਕ ਅੱਖਰ ਤੱਕ ਵੀ ਨਾਲ ਨਹੀਂ ਲੈ ਕੇ ਆਏ। ਕਾਰਨ ਵੀ ਜਿਹੜੀ ਹੁੰਦੀ ਹੈ ਨਾ, ਲੇਖਣੀ ਹੋ ਗਈ, ਪੜ੍ਹਾਈ ਹੋ ਗਈ, ਇੱਕ ਬੌਧਿਕ, ਠੀਕ ਹੈ, ਬੌਧਿਕ ਵਿਕਾਸ ਦੀ ਮਨੁੱਖ ਨੂੰ ਬੜੀ ਲੋੜ ਹੁੰਦੀ ਹੈ, ਉਹ ਪੜ੍ਹ ਕੇ ਆ ਸਕਦਾ, ਪੜ੍ਹੇ ਲਿਖੇ ਲੋਕਾਂ ਦੀ ਸੰਗਤ ਵਿੱਚ ਆ ਸਕਦਾ, ਉਹ ਜਾਣਕਾਰੀ ਹੈ, ਜਾਣਕਾਰੀ ਮਨੁੱਖ ਕਿਤੇ ਵੀ ਸੰਸਾਰ 'ਚੋਂ ਹਾਸਲ ਕਰ ਸਕਦਾ। ਪਰ ਜਿੰਨਾ ਚਿਰ ਕਿਸੇ ਚੀਜ਼ ਨੂੰ ਮਨੁੱਖ ਨੇ ਆਪਣੇ ਜੀਵਨ ਵਿੱਚ ਜੀ ਕੇ ਨਹੀਂ ਵੇਖਿਆ, ਉਹਦੇ ਸਹੀ ਅਰਥ ਤੁਹਾਨੂੰ ਦੱਸ ਨਹੀਂ ਸਕਦਾ। ਧਰਮ ਦੀ ਦੁਨੀਆ ਵਿੱਚ ਖਿਮਾ ਕਰਨਾ, ਤੁਸੀਂ ਵੇਖੋਗੇ ਧਰਮ ਗ੍ਰੰਥਾਂ ਦੇ ਸ਼ਬਦਾਂ ਦੇ ਅਰਥ ਕਰਨ ਦਾ ਸਭ ਤੋਂ ਵੱਧ ਝੋਲਾ ਹੋਏਗਾ, ਸਭ ਤੋਂ ਵੱਧ ਰੌਲਾ ਹੋਏਗਾ। ਰੌਲਾ ਹੁੰਦਾ ਹੀ ਉੱਥੇ ਹੈ ਜਿੱਥੇ ਮੈਜ਼ ਲੜਾਈ ਹੀ ਅੱਖਰਾਂ ਦੀ ਹੋਵੇ, ਜਿੱਥੇ ਮੈਜ਼ ਕਸਰਤ ਹੀ ਦਿਮਾਗੀ ਹੋ ਰਹੀ ਹੋਵੇ। ਜਿਹੜੇ ਬੰਦੇ ਨੇ ਜੀ ਕੇ ਨਹੀਂ ਜ਼ਿੰਦਗੀ ਦੇ ਵਿੱਚ ਵੇਖਿਆ, ਉਹ ਕੇਵਲ ਕੋਸ਼ਾਂ ਦੇ ਅਰਥਾਂ 'ਤੇ ਝਗੜਾ ਕਰ ਸਕਦਾ। ਇਹ ਠੀਕ ਹੈ ਵੀ ਅਰਥ ਕੋਸ਼ਕਾਰੀ ਵੀ ਸਹੀ ਹੋਣ, ਉਹ ਵਿਸ਼ਾ ਵੱਖਰਾ, ਪਰ ਉਹਦੇ ਉੱਤੇ ਉਲਝਿਆ ਕੌਣ ਰਹੇਗਾ ਜਿਹੜਾ ਉਹਨੂੰ ਜੀਂਦਾ ਨਹੀਂ। ਕੰਢੇ 'ਤੇ ਬੈਠਾ ਹੋਇਆ ਬੰਦਾ ਲੱਖ ਦਾਅਵੇ ਕਰੀ ਜਾਏ, ਉਹਦੇ ਦਾਅਵਿਆਂ ਦਾ ਕੋਈ ਅਸਰ, ਕੋਈ ਅਰਥ ਨਹੀਂ ਜੇ ਉਹਨੇ ਉਸ ਚੀਜ਼ ਨੂੰ ਜੀ ਕੇ ਨਹੀਂ ਵੇਖਿਆ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਵੀ ਕੋਈ ਬੰਦਾ ਰਾਹ ਪੁੱਛੀ ਜਾਏ ਅਤੇ ਉਸ ਰਾਹ 'ਤੇ ਤੁਰੇ ਨਾ, ਅਤੇ ਭਾਵੇਂ ਉਹ ਸਾਰੀ ਉਮਰ ਬੈਠਾ ਪੁੱਛਦਾ ਰਹੇ, ਇਹਦੇ ਨਾਲ ਕੀ ਫਰਕ ਪੈਂਦਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਗੁਰੂ ਸਾਹਿਬਾਨਾਂ ਦੀ ਆਪਣੀ ਲਿਖਤ ਹੈ, ਆਪਣੀ ਉਚਾਰਨ ਕੀਤੀ ਹੋਈ ਹੈ, ਇਹ ਸਮੁੱਚੀ ਦੀ ਸਮੁੱਚੀ ਬਾਣੀ ਗੁਰੂ ਮਹਾਰਾਜ ਨੇ ਆਪਣੇ ਜੀਵਨ 'ਚ ਜੀ ਕੇ ਹੰਢਾ ਕੇ ਫਿਰ ਬਿਆਨ ਕੀਤੀ ਹੈ, ਇਹਦਾ ਵਡੱਪਣ ਇਹ ਹੈ। ਤੋ ਜਿਸ ਵੇਲੇ ਭਾਈ ਸੱਤਾ ਬਲਵੰਡ ਜੀ ਲਿਖਦੇ ਨੇ, ਉਹ ਕਹਿੰਦੇ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ। ਅੱਜ ਆਪਾਂ ਸ਼ਬਦ ਵਰਤਦੇ ਹਾਂ ਤੋਲਣਾ, ਪੁਰਾਣੇ ਸ਼ਬਦਾਂ ਸ਼ਬਦਾਵਲੀ 'ਚ ਸ਼ਬਦ ਵਰਤਿਆ ਜਾਂਦਾ ਸੀ ਜੋਖਣਾ, ਵੀ ਜੋਖ ਲਓ ਚੀਜ਼ ਕਿੰਨੀ ਕੁ ਹੈ। ਉਹ ਸ਼ਬਦਾਵਲੀ ਅੱਜ ਅਸੀਂ ਵਰਤਦੇ ਨਹੀਂ, ਇਸ ਕਰਕੇ ਸਾਨੂੰ ਲੱਗਦਾ ਵੀ ਪੁਰਾਣੀ ਹੋ ਗਈ, ਉਹਨੂੰ ਛੱਡਦੇ ਜਾ ਰਹੇ ਹਾਂ। ਇਸੇ ਕਰਕੇ ਮੈਂ ਪਹਿਲੇ ਦੀਵਾਨ ਵਿੱਚ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੀਆਂ ਦੋ, ਉਹਨਾਂ ਦੀਆਂ ਮਹਾਨਤਾਵਾਂ ਵਿੱਚੋਂ ਦੋ ਮਹਾਨਤਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਨ। ਇਹ ਪਹਿਲੀ ਇਹ ਵੀ ਗੁਰੂ ਸਾਹਿਬ ਨੇ ਬਚਪਨੇ ਨੂੰ ਗੁਰਮੁਖੀ ਦੀ ਪਾਂਡ ਚਾੜਨ ਵਾਸਤੇ ਪਹਿਲੀ ਸਿੱਖ ਪਾਠਸ਼ਾਲਾ ਉਹਨਾਂ ਨੇ ਖਡੂਰ ਦੀ ਧਰਤੀ 'ਤੇ ਕਾਇਮ ਕੀਤੀ।
ਦੂਜਾ ਕਰਤੱਵ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਇਹ ਕੀਤਾ, ਉਹਨਾਂ ਜਵਾਨੀ ਨੂੰ ਸਾਂਭਣ ਵਾਸਤੇ ਮੱਲ ਅਖਾੜਾ ਰਚਿਆ। ਵੇਖੋ ਨਾ ਕਿੱਡੀ ਅਚੰਭੇ ਦੀ ਗੱਲ ਹੈ। ਇਤਿਹਾਸ ਪੜ੍ਹਦਿਆਂ ਜਦੋਂ ਛੇਵੇਂ ਪਾਤਸ਼ਾਹ ਤੱਕ ਜਾਈਏ ਤਾਂ ਉਦੋਂ ਅਸੀਂ ਬੜੇ ਮਾਣ ਨਾਲ ਇਹ ਗੱਲ ਕੱਥਦੇ ਹਾਂ ਵੀ ਛੇਵੇਂ ਗੁਰੂ ਦੇਵ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਅਤੇ ਆਖਿਆ ਸ਼ਸਤਰ ਘੋੜੇ ਅਤੇ ਜਵਾਨੀਆਂ ਭੇਟ ਕਰੋ। ਹੁਣ ਉਹ ਜਵਾਨੀਆਂ ਐਡੀ ਛੇਤੀ ਕਿੱਧਰੋਂ ਨਿਕਲ ਆਈਆਂ? ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਮੇਂ ਦੀ ਤਿਆਰੀ ਨੂੰ ਅਸੀਂ ਇਹਦੇ ਨਾਲ ਜੋੜ ਕੇ ਨਹੀਂ ਵੇਖਦੇ। ਇਸੇ ਕਰਕੇ ਸਾਡੇ ਅੰਦਰ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਜਾਂਦੇ ਨੇ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ ਅਤੇ ਹਲ ਵਾਹੁਣ ਵਾਲੇ ਹਲ ਛੱਡ ਕੇ ਦੁਕਾਨਾਂ ਕਰਨ ਵਾਲੇ ਨੌਜਵਾਨ ਆਪਣੀ ਦੁਕਾਨ ਤੋਂ ਉੱਠੇ ਅਤੇ ਉਹਨਾਂ ਘਰਦਿਆਂ ਨੂੰ ਕਿਹਾ ਵੀ ਸਤਿਗੁਰੂ ਦਾ ਹੁਕਮ ਆਇਆ, ਅਸੀਂ ਜਾਣਾ। ਪਰ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਰਚੇ ਹੋਏ ਮੱਲ ਅਖਾੜਿਆਂ ਦੇ ਯੋਧੇ ਹੀ ਤਿਆਰ ਹੋ ਕੇ ਕਿਸੇ ਵੇਲੇ ਛੇਵੇਂ ਪਾਤਸ਼ਾਹ ਦੀਆਂ ਜੰਗਾਂ ਦੇ ਵਿੱਚ ਆ ਕੇ ਕੁਰਬਾਨੀਆਂ ਕਰਨ ਵਾਸਤੇ ਨਿੱਤਰ ਆਏ ਸਨ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਪਾਠਸ਼ਾਲਾ ਦੇ ਵਿੱਚੋਂ ਹੀ ਤਿਆਰ ਹੋਏ ਗੁਰੂ ਕੇ ਸਿੱਖ ਜਿਹੜੇ ਸਨ ਉਹ ਗਾਂ 22 ਮੰਜੀਆਂ ਅਤੇ 52 ਪੀੜ੍ਹੀਆਂ ਦਾ ਰੂਪ ਧਾਰਨ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਧਰਮ ਪ੍ਰਚਾਰ ਕਰਦੇ ਰਹੇ। ਉਹਨਾਂ ਨੇ ਗਾਂ ਅੱਗੇ ਜਾ ਕੇ ਮਸੰਦ ਪ੍ਰਥਾ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਸਿੱਖੀ ਨੂੰ ਦੂਰ ਦਰੇਡੇ ਪ੍ਰਚਾਰਨ ਦੇ ਵਿੱਚ। ਅਸੀਂ ਇਵੇਂ ਇਤਿਹਾਸ ਨੂੰ ਲੜੀਵਾਰ ਉਹਦੇ ਪ੍ਰਭਾਵ ਨੂੰ ਨਹੀਂ ਪੜ੍ਹਦੇ, ਪਰ ਇਹ ਦੋ ਮਹਾਨ ਕਾਰਜ ਜਿਹੜੇ ਸਨ ਜਿਸ ਕੌਮ ਨੇ ਆਪਣੇ ਬਚਪਨੇ ਨੂੰ ਆਪਣੀ ਭਾਸ਼ਾ ਨਾਲ ਆਪਣੀ ਤਹਿਜ਼ੀਬ ਦੇ ਨਾਲ ਜੋੜ ਲਿਆ ਅਤੇ ਜਿਸ ਨੇ ਆਪਣੀ ਜਵਾਨੀ ਦੇ ਵੇਗ ਨੂੰ ਸਾਂਭ ਲਿਆ, ਤੁਸੀਂ ਜ਼ਰਾ ਗੌਰ ਕਰਕੇ ਵੇਖੋ ਉਸ ਕੌਮ ਨੂੰ ਕੋਈ ਘਾਟਾ ਪੈ ਸਕਦਾ? ਅਸੀਂ ਇਹ ਸੋਚਦੇ ਹਾਂ ਵੀ ਪਰਵਰਿਸ਼ ਜਿਹੜੀ ਹੈ ਨਾ ਬੱਚੇ ਦੀ ਉਹ ਮਹਿੰਗੇ ਬ੍ਰਾਂਡਡ ਕੱਪੜਿਆਂ ਨਾਲ ਹੋ ਜਾਣੀ ਹੈ, ਉਹਨੂੰ ਬਹੁਤੀ ਪ੍ਰੋਪਰਟੀ ਦੇਣ ਨਾਲ ਹੋ ਜਾਣੀ ਹੈ। ਨਹੀਂ, ਪਰਵਰਿਸ਼ ਦਾ ਦੂਜਾ ਪਹਿਲੂ ਇਹ ਹੈ ਵੀ ਜੇ ਉਹਨੂੰ ਤੁਸੀਂ ਆਪਣੇ ਕਲਚਰ, ਆਪਣੇ ਸੱਭਿਆਚਾਰ, ਆਪਣੀ ਤਹਿਜ਼ੀਬ ਨਾਲ ਜੋੜ ਨਾ ਸਕੇ ਤਾਂ ਦੁਨੀਆ ਦੀ ਬੇਸ਼ੁਮਾਰ ਦੌਲਤ ਦੇ ਕੇ ਵੀ ਤੁਸੀਂ ਉਹਨੂੰ ਗਰੀਬ ਰੱਖੋਗੇ। ਜੇ ਤੁਸੀਂ ਉਸ ਦੀ ਜਵਾਨੀ ਦੀ ਉਮਰ ਦੇ ਵਿੱਚ ਉਹਦੀ ਘਾੜਤ ਨਾ ਘੜ ਸਕੇ, ਬਚਪਨ ਤੋਂ ਲੈ ਕੇ ਉਹ ਜਵਾਨੀ ਨਾ ਸਾਂਭ ਸਕਿਆ ਤਾਂ ਦੁਨੀਆ ਤੋਂ, ਦੁਨੀਆ ਦੇ ਅੰਦਰ ਐਸੇ ਮਾਪਿਆਂ ਤੋਂ ਕੋਈ ਗਰੀਬ ਮਾਪਾ ਹੋਰ ਨਹੀਂ ਹੋ ਸਕਦਾ। ਜਿਸ ਦੇ ਬੱਚੇ ਦੀ ਜਵਾਨੀ ਖਤਮ ਹੋ ਜਾਏ, ਰੁਲ ਜਾਏ, ਕੁਰਾਏ ਪੈ ਜਾਏ, ਨਸ਼ਿਆਂ 'ਚ ਗਲਤਾਨ ਹੋ ਜਾਏ, ਬਦਕਾਰੀਆਂ 'ਚ ਉਲਝ ਜਾਏ, ਉਸਨੇ ਖੱਟਿਆ ਜ਼ਿੰਦਗੀ ਦੇ ਵਿੱਚ ਤਾਂ ਕੀ ਖੱਟਿਆ? ਔਰ ਫਿਰ ਸੋਚੋ ਜਿੱਥੇ ਆਪਣੀ ਤਹਿਜ਼ੀਬ ਤੋਂ ਟੁੱਟੇ ਲੋਕਾਂ ਦੀ ਬਹੁ ਗਿਣਤੀ ਹੋ ਜਾਏ ਜਿਹੜੀ ਕੌਮ ਵਿੱਚ, ਅਤੇ ਜਿਹੜੀ ਕੌਮ ਦੀ ਜਵਾਨੀ ਵੱਡੇ ਵੇਗ ਨਾਲ ਕੁਰਾਏ ਪੈ ਜਾਏ, ਉਸ ਕੌਮ ਦਾ ਭਵਿੱਖ ਕਿਹੋ ਜਿਹਾ ਹੋਏਗਾ? ਉਹਨੂੰ, ਉਸ ਵੇਗ ਨੂੰ, ਹੜ ਨੂੰ ਜੇ ਅਸੀਂ ਰੋਕਣਾ ਵੀ ਚਾਹੀਏ ਤਾਂ ਕਿਵੇਂ ਰੋਕਾਂਗੇ? ਕੱਚੀ ਮਿੱਟੀ ਦੇ ਬੰਨਾਂ ਨਾਲ ਤਾਂ ਨਹੀਂ ਨਾ ਰੋਕਿਆ ਜਾ ਸਕਦਾ, ਉਹਦੇ ਲਈ ਮੁੱਢਲੇ ਬੰਨ੍ਹ ਨੂੰ ਬੰਨਣੇ ਪੈਣਗੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਦੋ ਮਹਾਨ ਕਾਰਜ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਕੀਤੇ ਸਨ। ਔਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਰੰਭ ਕੀਤੇ ਹੋਏ ਕਾਰਜ ਨੂੰ, ਜਿਸ ਨੂੰ ਭਾਈ ਸੱਤਾ ਅਤੇ ਬਲਵੰਡ ਜੀ ਨੇ ਡਿਫਾਈਨ ਕੀਤਾ ਹੈ ਆਪਣੀ ਵਾਰ ਦੇ ਵਿੱਚ, ਪਹਿਲੀ ਗੱਲ ਮੈਂ ਸਾਂਝੀ ਕਰ ਲਵਾਂ। ਭਾਈ ਸੱਤਾ ਬਲਵੰਡ ਜੀ ਲਿਖਦੇ ਨੇ, ਜਿਸ ਦਾ ਨਾਮ ਕਾਦਰ ਵਾਹਿਗੁਰੂ ਕਰੇ, ਜਿਸ ਦੀ ਸ਼ੋਭਾ ਅਤੇ ਵਡਿਆਈ ਮੇਰਾ ਮਾਲਕ ਟਿਕਾਉਂਦਾ, ਸਾਡੇ ਬੋਲ ਉਹਦੀ ਵਡਿਆਈ ਨੂੰ ਕੀ ਤੋਲ ਸਕਦੇ ਨੇ? ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦਾ, ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦਾ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕਿਹੜੇ ਮਿਸ਼ਨ ਨੂੰ ਗੁਰੂ ਅੰਗਦ ਸਾਹਿਬ ਨੇ ਅੱਗੇ ਵਧਾਇਆ? ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦ, ਸੱਚ ਦਾ ਕਿਲਾ ਉਸਾਰ ਕੇ ਆਤਮਕ ਬਲ ਦੀ ਨੀਂਹ ਰੱਖ ਕੇ
ਧਰਮ ਦਾ ਰਾਜ ਕਾਇਮ ਕੀਤਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ। ਫਿਰ ਅੱਗੇ ਲਿਖਿਆ ਲੈਣੇ ਧਰਿਓਨ ਛੱਤ ਸਿਰ। ਛੱਤ ਦਾ ਮਤਲਬ ਇੱਥੇ ਛਤਰ ਚਲਾਉਣਾ, ਵਡਿਆਈ ਅਤੇ ਪ੍ਰਭਤਾ ਦੇਣੀ, ਮਾਣ ਦੇਣਾ। ਕਰ ਸਿਫਤੀ ਅੰਮ੍ਰਿਤ ਪੀਵਦਾ, ਉਹ ਭਾਈ ਲੈਣਾ ਜੀ ਜਿਹੜੇ ਮਾਲਕ ਦੀ ਸਿਫਤ ਸਲਾਹ ਦਾ ਅੰਮ੍ਰਿਤ ਪੀ ਰਹੇ ਸਨ ਗੁਰੂ ਨਾਨਕ ਸਾਹਿਬ ਦੀ ਸੋਭਤ ਵਿੱਚ, ਉਹਨਾਂ ਦੇ ਸਿਰ ਦੇ ਉੱਤੇ ਗੁਰਿਆਈ ਦੇ ਮਾਣ ਦਾ ਛਤਰ ਚਲਾ ਦਿੰਦਾ। ਫਿਰ ਅੱਗੇ ਸ਼ਬਦ ਬਾ ਕਮਾਲ ਹੈ, ਪਤਾ ਦੁਨੀਆ ਦੀਆਂ ਤਾਕਤਾਂ, ਰਾਜਨੀਤਿਕ ਤਾਕਤਾਂ ਕਿਸੇ ਬੰਦੇ ਨੂੰ ਕਿਵੇਂ ਜਿੱਤਦੀਆਂ ਨੇ, ਉਹਨੂੰ ਗੁਲਾਮ ਬਣਾ ਕੇ ਹਥਿਆਰ ਦੇ ਜ਼ੋਰ ਨਾਲ, ਕਲਮ ਦੇ ਜ਼ੋਰ ਨਾਲ ਕਿਸੇ ਮਨੁੱਖ ਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਉਹਨੂੰ ਤਾਕਤ ਤੋਂ ਹੀਣਾ ਕਰ ਦੇਣਾ ਬਹੁਤ ਜ਼ਰੂਰੀ ਹੁੰਦਾ। ਅਤੇ ਕਿਸੇ ਦੀ ਆਜ਼ਾਦੀ ਦੀ ਸੋਰਸ ਕੀ ਹੁੰਦੇ ਨੇ ਭਲਾ, ਉਹਦੀ ਭਾਸ਼ਾ, ਉਹਦੀ ਤਹਿਜ਼ੀਬ। ਜਦੋਂ ਤੁਹਾਡੇ ਮਨ 'ਚ ਇਹ ਗੱਲ ਬਿਠਾ ਦਿੱਤੀ ਜਾਏ ਨਾ ਵੀ ਤੁਹਾਡੀ ਭਾਸ਼ਾ ਪਛੜੀ ਹੈ, ਜਦੋਂ ਸਦੀਆਂ ਅਤੇ ਦਹਾਕਿਆਂ ਦੇ ਪ੍ਰਚਾਰ ਨਾਲ ਤੁਹਾਨੂੰ ਰੀਅਲਾਈਜ਼ ਕਰਾ ਦਿੱਤਾ ਜਾਏ ਵੀ ਜਿਹੜਾ ਤੁਸੀਂ ਪਹਿਰਾਵਾ ਪਹਿਨਦੇ ਹੋ ਇਹ ਤਾਂ ਕਿਸੇ ਕੰਮ ਦਾ ਨਹੀਂ, ਬੇਢੰਗਾ। ਜਦੋਂ ਤੁਹਾਨੂੰ ਤੁਹਾਡੀ ਬੋਲੀ ਨਾਲ ਨਫ਼ਰਤ ਹੋਣ ਲੱਗ ਪਵੇ, ਤੁਹਾਨੂੰ ਤੁਹਾਡੇ ਪਹਿਰਾਵੇ ਨਾਲ ਨਫ਼ਰਤ ਹੋਣ ਲੱਗ ਪਵੇ, ਤੁਹਾਨੂੰ ਤੁਹਾਡੇ ਰਸਮਾਂ ਰਿਵਾਜ਼ਾਂ ਨਾਲ ਨਫ਼ਰਤ ਹੋਣ ਲੱਗ ਪਵੇ, ਤੁਹਾਨੂੰ ਤੁਹਾਡੀ ਧਾਰਮਿਕ ਪਰੰਪਰਾ ਦੇ ਕਮਾਉਂਦਿਆਂ ਹੋਇਆਂ ਹੀਣ ਭਾਵਨਾ ਆਉਣ ਲੱਗ ਪਵੇ, ਦੱਸੋ ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ? ਉਸ ਪੰਛੀ ਨੇ ਖੁੱਲ੍ਹੇ ਅਸਮਾਨ ਦੀਆਂ ਉਡਾਰੀਆਂ ਕੀ ਮਾਰਨੀਆਂ ਨੇ ਜਿਹਨੂੰ ਆਪਣੇ ਪਾਰੀ ਬੋਝ ਲੱਗਣ ਲੱਗ ਪੈਣ ਵੀ ਜਿਹੜੇ ਮੈਨੂੰ ਦੋ ਖੰਭ ਦਿੱਤੇ ਨੇ ਅਤੇ ਮੈਨੂੰ ਵਾਧੂ ਦਾ ਭਾਰ ਲਾ ਦਿੱਤਾ ਹੈ ਕੁਦਰਤ ਨੇ, ਇਹ ਟੁੱਟ ਜਾਣੇ ਚਾਹੀਦੇ ਨੇ। ਉਹ ਸਾਰੀ ਉਮਰ ਪੰਛੀ ਰੀਂਗ ਹੀ ਸਕਦਾ, ਉੱਡ ਨਹੀਂ ਸਕਦਾ। ਜਿਨ੍ਹਾਂ ਲੋਕਾਂ ਨੂੰ ਆਪਣੀ ਭਾਸ਼ਾ ਪਛੜੀ ਲੱਗਣ ਲੱਗ ਪਵੇ, ਪਹਿਰਾਵਾ ਰਸਮੋ ਰਿਵਾਜ਼ ਪਰੰਪਰਾ ਅਤੇ ਰਵਾਇਤਾਵਾਂ ਪਛੜੀਆਂ ਲੱਗਣ ਲੱਗ ਪੈਣ, ਆਪਣੇ ਧਰਮ ਅਤੇ ਇਤਿਹਾਸ ਦੀ ਗੱਲ ਕਰਦਿਆਂ ਹੋਇਆਂ ਸੰਗ ਆਉਣ ਲੱਗ ਪਵੇ, ਉਹ ਭੁਲੇਖੇ ਦੇ ਪੰਛੀ ਨੇ ਜਿਹੜੇ ਆਪਣੇ ਪਰਾਂ ਨੂੰ ਬੋਝ ਸਮਝਣ ਲੱਗ ਜਾਂਦੇ ਨੇ। ਅਤੇ ਜ਼ਰਾ ਕੁ ਮਨਾਂ 'ਚ ਝਾਤੀ ਮਾਰ ਕੇ ਵੇਖਿਓ ਵੀ ਸਾਨੂੰ ਜਿਹੜੇ ਖੰਭ ਦਿੱਤੇ ਗਏ ਨੇ ਉੱਡਣ ਵਾਸਤੇ, ਕਿਤੇ ਸਾਨੂੰ ਵੀ ਉਹ ਬੋਝ 'ਤੇ ਨਹੀਂ ਲੱਗਣ ਲੱਗ ਪਏ? ਸਾਡੇ 'ਚੋਂ ਕਿੰਨੇ ਲੋਕ ਨੇ ਜਿਹੜੇ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰਦੇ ਨੇ? ਸਾਡੇ 'ਚ ਕਿੰਨੇ ਐਸੇ ਲੋਕ ਨੇ ਜਿਹੜੇ ਆਪਣੇ ਘਰ ਬੈਠ ਕੇ ਆਪਣੇ ਬੱਚਿਆਂ ਨਾਲ 5 ਜਾਂ 10 ਮਿੰਟ ਕੋਈ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਗੱਲ ਕਰਦੇ ਨੇ? ਕਿੰਨੇ ਮਾਪੇ ਨੇ ਸਾਡਿਆਂ 'ਚੋਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਖੁਦ ਆਪਣੀ ਜ਼ਬਾਨ ਤੋਂ 4 ਸਾਹਿਬਜ਼ਾਦਿਆਂ ਦੇ ਨਾਂ ਸਿਖਾਏ ਨੇ? ਜੇ ਅਸੀਂ ਇੰਨਾ ਵੀ ਨਹੀਂ ਕਰ ਸਕੇ, ਅਸੀਂ ਆਪਣੀ ਬਜ਼ੁਰਗਾਂ ਦੀ ਤਹਿਜ਼ੀਬ ਦਾ ਗਲਾ ਘੁੱਟਣ ਵਾਲੇ ਲੋਕ ਹਾਂ। ਅਸੀਂ ਲੱਖ ਆਖੀਏ ਸਾਡੇ ਤੋਂ ਪਹਿਲੇ ਬਜ਼ੁਰਗ ਅਨਪੜ੍ਹ ਸਨ, ਉਹ ਹਲ ਵਾਹੁੰਦੇ ਸਨ, ਉਹ ਗਧਿਆਂ ਘੋੜਿਆਂ ਖੱਚਰਾਂ ਊਠਾਂ ਅਤੇ ਗੱਡਿਆਂ 'ਤੇ ਸਫ਼ਰ ਕਰਦੇ ਸਨ, ਪਰ ਉਹਨਾਂ ਤੋਂ ਸਦਕੇ ਜਾਣ ਨੂੰ ਜੀ ਨਹੀਂ ਕਰਦਾ। ਉਹਨਾਂ ਅਨਪੜ੍ਹਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗ ਦੇ ਹਾਲਾਤ ਪਤਾ ਸਨ, ਉਹਨਾਂ ਅਨਪੜ੍ਹਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਫ਼ਰਾਂ ਦੇ ਪਿੰਡ ਪਿੰਡ ਦਾ ਪਤਾ ਸੀ, ਉਹਨਾਂ ਕੋਲ ਤਾਰਿਆਂ ਦੀ ਛਾਵੇਂ ਬਹਿਣ ਵਾਲੇ ਉਹਨਾਂ ਦੇ ਦੋਹਤੇ ਪੋਤੇ, ਉਹਨਾਂ ਦੀਆਂ ਦੋਹਤੀਆਂ ਪੋਤੀਆਂ, ਉਹਨਾਂ ਦੇ ਬਜ਼ੁਰਗਾਂ ਦੀ ਅਗਲੀ ਵੰਸ਼ ਜਿਹੜੀ ਸੀ ਉਹ ਜਿਉਂ ਇਤਿਹਾਸ ਦੀਆਂ ਕਹਾਣੀਆਂ ਛੇੜਦੇ ਸਨ ਕੇਵਲ ਢਾਡੀਆਂ ਕਵੀਸ਼ਰਾਂ ਗਵਾਈਆਂ ਤੋਂ ਸੁਣ ਸੁਣ ਕੇ। ਐਸੇ ਬਜ਼ੁਰਗ ਤੁਹਾਨੂੰ ਅਜੇ ਵੀ ਮਿਲ ਜਾਣਗੇ ਜਿਨ੍ਹਾਂ ਦੇ ਸਿਰਹਾਣੇ ਥੱਲੇ ਅਜੇ ਵੀ ਗੁਟਕਾ ਪਿਆ ਹੋਏਗਾ। ਅਸੀਂ ਤਾਂ ਜੀ ਹੀ ਹੋਰ ਦੁਨੀਆ ਦੇ ਵਿੱਚ ਰਹੇ ਹਾਂ, ਐਸੀ ਗੱਲ ਨਹੀਂ। ਉਹਨਾਂ ਦੇ ਕੋਲ ਸਾਧਨ ਘੱਟ ਹੋਣਗੇ, ਅੱਖਰੀ ਗਿਆਨ ਘੱਟ ਹੋਏਗਾ, ਪਰ ਜਿਸ ਨੂੰ ਗੁਰਦੁਆਰੇ ਦੇ ਵਿੱਚੋਂ ਸੁਣ ਕੇ ਆਨੰਦ ਸਾਹਿਬ ਦੀਆਂ 5 ਪੌੜੀਆਂ ਯਾਦ ਹੋ ਗਈਆਂ, ਉਹਨੇ ਸਾਰੀ ਉਮਰ ਉਹਨਾਂ ਦਾ ਪੱਲਾ ਨਹੀਂ ਛੱਡਿਆ। ਅਨਪੜ੍ਹ ਉਹ ਹੋਏ ਕਿ ਅਸੀਂ ਹੋਏ, ਜ਼ਰਾ ਸੋਚ ਕੇ ਵੇਖੋ।
ਜਿਨ੍ਹਾਂ ਦੇ ਮੋਬਾਈਲਾਂ 'ਚ ਵੀ ਬਾਣੀ ਹੈ, ਜਿਨ੍ਹਾਂ ਦੇ ਟੀ ਵੀ 'ਤੇ ਵੀ ਬਾਣੀ ਆਉਂਦੀ ਹੈ, ਜਿਨ੍ਹਾਂ ਜਿਹੜੇ ਅੱਜ ਅੱਖਰੀ ਵਿੱਦਿਆ ਪੜ੍ਹ ਵੀ ਸਕਦੇ ਨੇ ਅਤੇ ਘਰ ਵਿੱਚ ਇਤਿਹਾਸ ਦੀ ਕਿਤਾਬ ਰੱਖ ਵੀ ਸਕਦੇ ਨੇ, ਪੜ੍ਹ ਵੀ ਸਕਦੇ ਨੇ, ਖਰੀਦ ਵੀ ਸਕਦੇ ਨੇ, ਫਿਰ ਵੀ ਸਾਡਾ ਵਿਹਾਰ ਪਤਾ ਕੀ ਹੁੰਦਾ ਵੀ ਬਾਣੀ ਦੀ ਪੋਥੀ ਕੋਈ ਫਰੀ ਦੇ ਕੇ ਜਾਏ ਤਾਂ ਪੜ੍ਹਾਂਗੇ, ਅਤੇ ਸ਼ਰਾਬ ਦੀ ਬੋਤਲ ਭਾਵੇਂ $1,000 ਦੀ ਆਏ ਮੁੱਲ ਖਰੀਦ ਲਵਾਂਗੇ। ਜ਼ਰਾ ਕੁ ਸੋਚ ਕੇ ਵੇਖੋ ਸਾਡਾ ਮਿਆਰ। ਅਸੀਂ ਉਹਨਾਂ ਲੋਕਾਂ ਦੀ ਉਮਤ ਹਾਂ ਜਿਨ੍ਹਾਂ ਦੇ ਖੋਪਰੀਆਂ ਲੈਣ ਦੇ ਕਿੱਸੇ ਦੁਨੀਆ ਦੇ ਇਤਿਹਾਸ ਵਿੱਚ ਜੱਗ ਜ਼ਾਹਰ ਨੇ। ਕੋਈ ਤਾਂ ਬੰਦ ਬੰਦ ਕਟਾ ਕੇ ਖੋਪਰ ਲਵਾ ਰਿਹਾ ਅਤੇ ਸਿੱਖ ਪੋਥੀ ਵੀ ਫਰੀ ਦੀ ਲੱਭਦਾ ਕਿ ਕੋਈ ਮੁਫ਼ਤ 'ਤੇ ਦੇਵੇ ਤਾਂ ਫਿਰ ਮੈਂ ਪਾਠ ਕਰ ਸਕਦਾ, ਨਹੀਂ ਤਾਂ ਮੈਂ ਨਹੀਂ ਕਰ ਸਕਦਾ। ਫਲਾਨਾ ਹੈ ਜੀ ਉਹ ਤਾਂ ਫਰੀ ਦੇ ਵਿੱਚ ਇਤਿਹਾਸ ਨਹੀਂ ਵੰਡਦਾ, ਅਸੀਂ ਕਿੱਥੋਂ ਪੜ੍ਹਦੇ? ਸਾਡੇ ਆਰਗੂਮੈਂਟ ਹੀ ਸਾਨੂੰ ਲੈ ਡੁੱਬਣਗੇ ਜਿੰਨਾ ਚਿਰ ਅਸੀਂ ਬਹਾਨੇਬਾਜ਼ ਬਣੇ ਰਹਾਂਗੇ। ਜ਼ਰਾ ਸੋਚ ਕੇ ਵੇਖਣਾ। ਹੁਣ ਇੱਥੇ ਬਚਨ ਕੀ ਬੜੀ ਬਾਕਮਾਲ ਗੱਲ ਕਹੀ ਵੀ ਦੁਨੀਆ ਦੂਸਰੇ ਨੂੰ ਤਾਕਤ ਦੇ ਜ਼ੋਰ ਨਾਲ, ਹਥਿਆਰ ਦੇ ਜ਼ੋਰ ਨਾਲ ਜਿੱਤਦੀ ਹੈ। ਇੱਥੇ ਵੀ ਜ਼ਿਕਰ ਕੀਤਾ ਭਾਈ ਸੱਤਾ ਬਲਵੰਡ ਜੀ ਨੇ ਵੀ ਗੁਰੂ ਨਾਨਕ ਮਹਾਰਾਜ ਨੇ ਭਾਈ ਲਹਿਣੇ ਦੀ ਆਤਮਾ ਨੂੰ ਜਿੱਤ ਲਿਆ, ਪਰ ਪਤਾ ਕਿਹੜੀ ਤਲਵਾਰ ਨਾਲ? ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪਰਾ ਕੋਈ ਜੀਤ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕੋਲ ਸ਼ਬਦ ਦੀ ਤਲਵਾਰ ਹੈ, ਸ਼ਬਦ ਦੀ ਤਲਵਾਰ ਦੇ ਨਾਲ ਭਾਈ ਲਹਿਣੇ ਦੀ ਆਤਮਾ ਦੇ ਉੱਤੇ ਗੁਰੂ ਨਾਨਕ ਮਹਾਰਾਜ ਨੇ ਜਿੱਤ ਪਾ ਲਈ। ਭਾਈ ਲਹਿਣੇ ਨੇ ਆਪਣੀ ਚਤੁਰਾਈ ਦੇ, ਹੰਗਤਾ ਦੇ, ਹੰਕਾਰ ਦੇ, ਆਪਣੀ ਪੁਰਾਣੀ ਜ਼ਿੰਦਗੀ ਦੇ ਹਥਿਆਰ ਗੁਰੂ ਨਾਨਕ ਦੇ ਕਦਮਾਂ 'ਚ ਰੱਖ ਦਿੱਤੇ। ਸਤਿਗੁਰੂ ਮੈਂ ਹਾਰ ਚੁੱਕਿਆ, ਮੈਂ ਥੱਕ ਚੁੱਕਿਆ, ਮੈਂ ਤੇਰੇ ਅੱਗੇ ਆਪਣਾ ਆਪ ਸਰੈਂਡਰ ਕਰਦਾ, ਸਮਰਪਿਤ ਕਰਦਾ। ਗੁਰੂ ਨੇ ਭਾਈ ਲਹਿਣੇ ਦੀ ਆਤਮਾ ਨੂੰ ਜਿੱਤ ਲਿਆ, ਉਹਦੀ ਸੁਰਤ ਨੂੰ ਆਪਣੇ ਕਾਬੂ 'ਚ ਕਰ ਲਿਆ, ਪਰ ਕਿਸੇ ਭੁਲੇਖੇ 'ਚ ਪਾ ਕੇ ਨਹੀਂ, ਆਪਣੇ ਸਰੀਰ ਦੀ ਪੂਜਾ ਵਿੱਚ ਲਾ ਕੇ ਨਹੀਂ, ਸ਼ਬਦ ਦੀ ਬਰਕਤ ਦੇ ਨਾਲ। ਫਿਰ ਹੋਰ ਵੇਖੋ ਅੱਗੇ ਜਾ ਕੇ ਲਿਖਿਆ, ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪਰਾ ਕੋਈ ਜੀਦ ਹੈ ਗੁਰ ਚੇਲੇ ਰਹਿ ਰਾਸ ਕੀ। ਗੁਰੂ ਨੇ ਆਪਣੇ ਚੇਲੇ ਜਾਨੀ ਸਿੱਖ ਨੂੰ ਰਹਿ ਰਾਸ ਦਾ ਮਤਲਬ ਹੈ ਨਮਸਕਾਰ ਕਰ ਦਿੱਤੀ, ਨਾਨਕ ਸਲਾਮਤ ਥੀ ਵੰਦੈ। ਇਸ ਪੰਕਤੀ ਦੇ ਵਿੱਚ ਦੋ ਮੁੱਖ ਅਰਥ ਨੇ। ਇਹਦੀ ਅੱਗੇ ਜਾ ਕੇ ਨਾ ਅਗਲੀ ਪੌੜੀ 'ਚ ਬੜੀ ਖੂਬਸੂਰਤ ਵਿਆਖਿਆ ਕੀਤੀ ਹੈ, ਹੋਰਿਓਂ ਗੰਗ ਵਹਾਈਓਨ ਦੁਨਿਆਈ ਆਖੈ ਕਿ ਕਿਉਂ। ਉਲਟੀ ਗੰਗਾ ਵਹਾ ਦਿੱਤੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਦੁਨੀਆ ਆਖਦੀ ਹੈ ਗੁਰੂ ਨਾਨਕ ਮਹਾਰਾਜ ਨੇ ਇਹ ਕੀ ਅਚੰਭਾ ਕੀਤਾ? ਉਹ ਅਚੰਭਾ ਕੀ ਸੀ? ਗੁਰ ਚੇਲੇ ਰਹਿ ਰਾਸ ਕੀ। ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਭਾਈ ਸੱਤਾ ਬਲਵੰਡ ਜੀ ਨੇ ਇਹਨੂੰ ਹੋਰਿਓਂ ਯਾਨੀ ਕਿ ਉਲਟੀ ਗੰਗਾ ਕਿਉਂ ਕਿਹਾ, ਇਹਨੂੰ ਹੀ ਕਿਉਂ ਕੋਡ ਕੀਤਾ ਇੰਨੀ ਗੱਲ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਸਾਹਿਬ ਜੀ ਦੇ ਰੂਪ ਦੇ ਵਿੱਚ ਨਮਸਕਾਰ ਕੀਤੀ? ਇਹਨੂੰ ਉਹਨਾਂ ਨੇ ਫਿਰ ਅੱਗੇ ਜਾ ਕੇ ਦੋਹਰੀ ਵਾਰ ਵਿਆਖਿਆ ਕਿਉਂ ਕੀਤੀ? ਹੋਰ ਕਿਤੇ ਜਾ ਕੇ ਐਸੀ ਵਿਆਖਿਆ ਉਹਨਾਂ ਨਹੀਂ ਕੀਤੀ। ਇਹ ਦੁਨੀਆ ਦੇ ਧਾਰਮਿਕ ਮਜ਼ਹਬੀ ਇਤਿਹਾਸ ਵਿੱਚ ਪਹਿਲੀ ਘਟਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਇੱਕ ਜ਼ਿਕਰ ਆਉਂਦਾ ਹੈ, ਕਹਿੰਦੇ ਨੇ ਹਨੂੰਮਾਨ ਰਾਮ ਜੀ ਦਾ ਸਭ ਤੋਂ ਵੱਡਾ ਭਗਤ ਸੀ, ਜਿੰਨੀ ਉਹਨੇ ਘਾਲਣਾ ਕੀਤੀ ਕੋਈ ਨਹੀਂ ਘਾਲ ਸਕਦਾ। ਪਤਾ ਦੱਸੇ ਸੀਤਾ ਦਾ ਅਤੇ ਉਹ ਦੱਸੇ, ਪੁਲ ਬੰਨੇ ਅਤੇ ਆਪਣੇ ਹਤੈਸ਼ੀਆਂ ਨਾਲ ਉਹ ਬੰਨੇ, ਅਤੇ ਲੰਕਾ ਨੂੰ ਸਾੜ ਕੇ ਸਵਾਹ ਕਰੇ ਅਤੇ ਹਨੂੰਮਾਨ ਕਰੇ। ਦੱਸੋ ਐਸਾ ਪਾਵਰਫੁੱਲ ਵਰਕਰ ਜੀ ਦੇ ਕੋਲ ਹੋਏ, ਸੇਵਕ ਜੀ ਦੇ ਕੋਲ ਹੋਏ, ਪਰ ਇਹ ਮੇਰੇ ਬੋਲ ਨਹੀਂ। ਭਗਤ ਲੋਚਨ ਜੀ ਦੇ ਨੇ ਉਹ ਕਹਿੰਦੇ ਨੇ ਕਰਮ ਕਰ ਕਸ਼ੌਟੀ ਮੁਫੀਡ ਸਰੀ, ਉਹ ਆਪਣੇ ਸਰਾਪ ਤੋਂ ਫਿਰ ਵੀ ਮੁਕਤੀ ਨਾ ਪਾ ਸਕਿਆ। ਇੰਨੀ ਨੇੜਤਾ ਰੱਖਣ ਵਾਲਾ ਰਾਮ ਭਗਤ ਹਨੂੰਮਾਨ ਜਿਸ ਦੁੱਖ ਤੋਂ ਪੀੜਿਤ ਸੀ ਉਹ ਸਾਰੀ ਜ਼ਿੰਦਗੀ ਹੀ ਰਿਹਾ,
ਫਿਰ ਵੀ ਹਨੂੰਮਾਨ ਨੂੰ ਰਾਮ ਬਣਨ ਦਾ ਅਵਸਰ ਤਾਰੀਖ ਦੇ ਵਿੱਚ ਹਾਸਲ ਨਹੀਂ। ਸਾਰੀ ਰਮਾਇਣ ਪੜ੍ਹ ਲਓ, ਚਾਹੇ ਉਹ ਤੁਲਸੀਦਾਸ ਦੀ ਲਿਖੀ ਹੋਈ ਚਾਹੇ ਵਾਲਮੀਕ ਦੀ ਲਿਖੀ ਹੋਈ, ਕਿਤੇ ਨਹੀਂ ਉਹਨਾਂ ਲਿਖਿਆ ਵੀ ਹਨੂੰਮਾਨ ਰਾਮ ਹੈ, ਹਨੂੰਮਾਨ ਰਾਮ ਬਣ ਸਕਦਾ। ਬੁੱਧ ਜਾਤਕ ਕਥਾਵਾਂ ਦੀ ਪੁਸਤਕ ਚੁੱਕੋ ਅਤੇ ਉਹਨੂੰ ਪੜ੍ਹੋ। ਮਹਾਤਮਾ ਬੁੱਧ ਦਾ ਰਿਸ਼ਤੇਦਾਰ ਵੀ ਸੀ ਅਤੇ ਸਭ ਤੋਂ ਨਜ਼ਦੀਕੀ ਚੇਲਾ ਸੀ ਆਨੰਦ। ਜਿਵੇਂ ਗੁਰੂ ਨਾਨਕ ਸਾਹਿਬ ਦੀ ਤਾਰੀਖ ਪੜ੍ਹੋ ਨਾ, ਤਾਂ ਭਾਈ ਮਰਦਾਨੇ ਤੋਂ ਬਿਨਾਂ ਸਾਖੀਆਂ ਅਧੂਰੀਆਂ ਲੱਗਦੀਆਂ ਨੇ। ਬੁੱਧ ਦੀ ਕਥਾ ਆਨੰਦ ਤੋਂ ਬਿਨਾਂ ਪੂਰੀ ਨਹੀਂ ਹੁੰਦੀ, ਪਰ ਆਨੰਦ ਨੂੰ ਸਾਰੀ ਜ਼ਿੰਦਗੀ ਹੰਢਾ ਕੇ ਵੀ ਇਹ ਮਾਣ ਹਾਸਲ ਨਹੀਂ ਵੀ ਉਹ ਬੁੱਧ ਬਣ ਸਕੇ ਅਤੇ ਬੁੱਧ ਅਖਵਾ ਸਕੇ। ਆਓ ਤੀਸਰੀ ਉਦਾਹਰਣ ਤੁਹਾਡੇ ਸਾਹਮਣੇ ਰੱਖਦਾ। ਹਜ਼ਰਤ ਮੁਹੰਮਦ ਸਾਹਿਬ ਇਸਲਾਮੀ ਪੈਗੰਬਰ ਨੇ ਔਰ ਦੁਨੀਆ ਦੇ ਮਹਾਨ ਇਨਕਲਾਬੀ ਨੇ, ਉਹਨਾਂ ਦਾ ਤਸੱਵਰ ਬਹੁਤ ਉੱਚਾ। ਉਹਨਾਂ ਤੋਂ ਬਾਅਦ ਉਹਨਾਂ ਦੇ ਚਾਰ ਖਲੀਫੇ ਹੋਏ, ਹਜ਼ਰਤ ਅਲੀ, ਹਜ਼ਰਤ ਉਮਰ ਵਗੈਰਾ, ਪਰ ਕੋਈ ਵੀ ਆਪਣੇ ਆਪ ਨੂੰ ਪੈਗੰਬਰ ਅਖਵਾਉਣ ਦੀ ਹਮਾਕਤ ਨਹੀਂ ਕਰ ਸਕਦਾ। ਇਸਲਾਮ ਦੀ ਤਾਰੀਖ ਇਸ ਗੱਲ ਉੱਤੇ ਬੜੀ ਸਟ੍ਰਿਕਟ ਹੈ। ਕ੍ਰਿਸ਼ਨ ਜੀ ਰਥਵਾਈ ਬਣ ਗਏ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਅਰਜੁਨ ਦੇ। ਅਰਜੁਨ ਮੈਦਾਨੇ ਜੰਗ ਵਿੱਚ ਦੋਵੇਂ ਧਿਰਾਂ ਸਾਹਮਣੇ ਖੜੀਆਂ ਨੇ ਅਤੇ ਉਹਨੇ ਆਪਣਾ ਧਨੁੱਖਾ ਆਪਣੇ ਪੈਰਾਂ 'ਚ ਰੱਖ ਲਿਆ ਅਤੇ ਨਾਲ ਹੀ ਉਹਨੇ ਕਿਹਾ, ਰਥਵਾਈ ਬਣੇ ਹੋਏ ਭਗਵਾਨ ਕ੍ਰਿਸ਼ਨ ਨੂੰ ਕਹਿਣ ਲੱਗਿਆ, ਭਗਵਾਨ ਮੈਂ ਨਹੀਂ ਲੜ ਸਕਦਾ। ਉਹਨਾਂ ਨੂੰ ਬੜਾ ਅਚੰਭਾ ਹੋਇਆ, ਮੈਦਾਨੇ ਜੰਗ 'ਚ ਆ ਕੇ ਫੌਜਾਂ ਆਹਮਣੇ ਸਾਹਮਣੇ ਨੇ, ਲੜਾਈ ਦਾ ਬਿਗਲ ਵੱਜਣ ਵਾਲਾ ਹੈ ਅਤੇ ਇੱਕ ਸੂਰਮਾ ਜਿਹੜਾ ਮੁੱਖ ਸੂਰਮਾ ਇੱਕ ਧਿਰ ਦਾ, ਉਹ ਆਪਣਾ ਹਥਿਆਰ ਸੁੱਟਦਾ। ਆਖਿਆ, ਅਰਜਨ ਇਹ ਗੱਲ ਵਾਰਾ ਨਹੀਂ ਖਾਂਦੀ, ਤੈਨੂੰ ਹਥਿਆਰ ਚੁੱਕਣੇ ਚਾਹੀਦੇ ਨੇ। ਗੀਤਾ ਦਾ ਪਹਿਲਾ ਅਤੇ ਦੂਜਾ ਅਧਿਆਏ ਪੜ੍ਹ ਕੇ ਵੇਖੋ, ਜਿੱਥੋਂ ਸਾਰੀ ਗਾਥਾ ਆਰੰਭ ਹੁੰਦੀ ਹੈ। ਉਹਨੂੰ ਆਤਮ ਪਰਮਾਤਮ ਦੇ ਉਪਦੇਸ਼ ਦੇ ਕੇ, ਉਹਨੂੰ ਜੀਵਨ ਦੀਆਂ ਕਦਰਾਂ ਕੀਮਤਾਂ ਦਾ ਬਹੁਤ ਲੰਬਾ ਚੌੜਾ ਵਿਖਿਆਨ ਦੇ ਕੇ ਮਾਨਸਿਕ ਤੌਰ 'ਤੇ ਤਿਆਰ ਕਰ ਲਿਆ ਅਤੇ ਉਹਨੇ ਹਥਿਆਰ ਚੁੱਕੇ ਅਤੇ ਲੜਿਆ। ਪਰ ਉਹਦੀ ਇੱਕ ਦਲੀਲ ਜਿਹਦਾ ਕੋਈ ਤੋੜ ਨਹੀਂ, ਉਹਨੇ ਆਖਿਆ, ਹੇ ਭਗਵਾਨ, ਮੇਰੇ ਸਾਹਮਣੇ ਮੇਰਾ ਗੁਰੂ ਦਰੋਣਾਚਾਰੀਆ ਖੜ੍ਹਾ ਹੈ, ਮੇਰੇ ਖਿਲਾਫ ਲੜਨ ਵਾਸਤੇ ਆਇਆ, ਮੇਰੇ ਚਾਚੇ ਤਾਏ ਦੇ ਪੁੱਤਰ ਭਰਾ, ਮੇਰੀ ਕੁੱਲ ਖੜੀ ਹੈ। ਇੱਕ ਕੁੱਲ ਦੇ ਦੋ ਹਿੱਸੇ ਹੋ ਗਏ, ਕੌਰਵ ਅਤੇ ਪਾਂਡਵ ਆਹਮਣੇ ਸਾਹਮਣੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਕੇ ਹਥਿਆਰ ਲਹਿਰਾ ਰਹੇ ਨੇ। ਮੈਂ ਹੋਰ ਸੋਚ ਰਿਹਾ, ਮਰਨ ਉਹ ਚਾਹੇ ਅਸੀਂ, ਨਾਸ਼ ਕਿਹਦਾ ਹੋਏਗਾ? ਸਾਡੇ ਖਾਨਦਾਨ ਦਾ, ਸਾਡੇ ਕੁੱਲ ਦਾ। ਸਾਡੇ ਬੱਚੇ ਅਨਾਥ ਹੋ ਜਾਣਗੇ, ਸਾਡੀਆਂ ਔਰਤਾਂ ਵਿਧਵਾ ਹੋ ਜਾਣਗੀਆਂ, ਸਾਡੀ ਕੁੱਲ ਦੂਸ਼ਿਤ ਹੋ ਜਾਏਗੀ, ਤਬਾਹੀ ਕਿਹਦੀ ਹੋਏਗੀ? ਮੈਂ ਇਹ ਸੋਚ ਕੇ ਕਿ ਮੈਂ ਆਪਣਿਆਂ ਖਿਲਾਫ਼ ਕਿਉਂ ਲੜਨਾ ਆਇਆ, ਮੈਂ ਹੀ ਹਾਰ ਮੰਨ ਲੈਂਦਾ, ਮੈਂ ਇਸ ਕਰਕੇ ਹਥਿਆਰ ਸੁੱਟ ਦਿੱਤਾ। ਪਰ ਬਹੁਤ ਲੰਬੇ ਉਪਦੇਸ਼ ਤੋਂ ਬਾਅਦ ਉਹਨੂੰ ਹਥਿਆਰ ਚੁਕਾਇਆ ਅਤੇ ਉਹ ਲੜਿਆ। ਜਿਸ ਨੁਕਤੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ, ਅਰਜਨ ਸਾਰੀ ਗੀਤਾ ਵਿੱਚ ਕ੍ਰਿਸ਼ਨ ਦੇ ਬਰਾਬਰ ਨਹੀਂ ਖਲੋਂਦਾ। ਜਿਹਦਾ ਰਥਵਾਈ ਬਣ ਕੇ ਸ਼੍ਰੀ ਕ੍ਰਿਸ਼ਨ ਜੀ ਕੁਰੂਕਸ਼ੇਤਰ ਦੇ ਮੈਦਾਨ 'ਚ ਆਏ ਅਤੇ ਜਿਸ ਦੇ ਪ੍ਰਥਾਏ ਗੀਤਾ ਉਚਾਰੀ, ਉਹ ਕ੍ਰਿਸ਼ਨ ਦੇ ਰੁਤਬੇ ਤੱਕ ਨਹੀਂ ਪਹੁੰਚ ਸਕਦਾ। ਕਿੰਨੀ ਮੁਹੱਬਤ ਹੋਏਗੀ, ਜ਼ਰਾ ਸੋਚ ਕੇ ਵੇਖੋ। ਦੁਨੀਆ ਦੀ ਤਾਰੀਖ ਦੇ ਅੰਦਰ, ਮਜ਼ਹਬੀ ਇਤਿਹਾਸ ਦੇ ਅੰਦਰ ਕੇਵਲ ਗੁਰੂ ਨਾਨਕ ਪਾਤਸ਼ਾਹ ਅਤੇ ਭਾਈ ਲਹਿਣੇ ਦੀ ਉਦਾਹਰਣ ਹੈ, ਜਿਸ ਦਾ ਕੋਈ ਸਾਨੀ ਨਹੀਂ ਅਤੇ ਜਿਸ ਦੀ ਕੋਈ ਬਰਾਬਰੀ ਨਹੀਂ। 7 ਸਾਲ 1532 ਤੋਂ ਲੈ ਕੇ 39 ਤੱਕ ਧੰਨ ਗੁਰੂ ਨਾਨਕ ਸਾਹਿਬ ਦੀ ਸੇਵਾ, ਘਾਲਣਾ, ਕਮਾਈ ਕੀਤੀ। ਭਾਈ ਲਹਿਣੇ ਨੇ ਆਪਣੀ ਆਤਮਾ ਉੱਚੀ ਕਰ ਲਈ। ਗੁਰੂ ਨਾਨਕ ਮਹਾਰਾਜ ਨੂੰ ਲੱਗਿਆ, ਮੇਰੇ ਅਤੇ ਲਹਿਣੇ 'ਚ ਫਰਕ ਕੋਈ ਨਹੀਂ, ਆਪਣੀ ਥਾਂ ਛੱਡ ਦਿੱਤੀ, ਆਪਣੀ ਜਗ੍ਹਾ ਛੱਡ ਦਿੱਤੀ। ਆਪਣੀ ਥਾਂ 'ਤੇ ਬਿਠਾ ਕੇ ਭਾਈ ਲਹਿਣੇ ਦੇ ਅੱਗੇ ਸਿਰ ਝੁਕਾ ਕੇ ਨਮਸਕਾਰ ਉਵੇਂ ਹੀ ਕੀਤੀ ਜਿਵੇਂ 7 ਸਾਲ ਭਾਈ ਲਹਿਣੇ ਨੇ ਗੁਰੂ ਨਾਨਕ ਦੇ ਕਦਮਾਂ 'ਚ ਸਿਰ ਰੱਖ ਕੇ ਨਮਸਕਾਰ ਕੀਤੀ। ਗੁਰ ਚੇਲੇ ਰਹਿ ਰਾਸ ਕੀ, ਨਾਨਕ
ਸਲਾਮਤ ਥੀਮਦ ਹੈ ਅਤੇ ਦੂਜਾ ਬਚਨ ਸੀ ਸਲਾਮਤ। ਹੋਰਿਓਂ ਗੰਗ ਵਹਾਈਏ ਕਿਉਂ ਲਿਖਿਆ? ਕਿਉਂਕਿ ਕਿਸੇ ਵੀ ਮਜ਼ਹਬੀ ਇਤਿਹਾਸ ਵਿੱਚ ਇਹ ਘਟਨਾ ਪਹਿਲਾਂ ਵਾਪਰੀ ਹੀ ਨਹੀਂ ਸੀ, ਇਹ ਪਹਿਲੀ ਵਾਰ ਵਾਪਰੀ। ਵਡਿਆਈ ਗੁਰੂ ਨਾਨਕ ਦੀ ਬਹੁਤ ਉੱਚੀ ਹੈ, ਪਰ ਭਾਈ ਲਹਿਣੇ ਦੀ ਘਾਲਣਾ ਦਾ ਵੀ ਸਾਨੀ ਕੋਈ ਨਹੀਂ ਤਾਰੀਖ ਦੇ ਅੰਦਰ। ਉਸ ਵਰਗਾ ਪਰਮ ਸੇਵਕ ਜਿਸ ਨੇ ਆਪਣਾ ਵਜੂਦ ਹੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਦੇ ਵਿੱਚ ਸਮਰਪਿਤ ਕਰਕੇ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਧੁਰ ਆਤਮਾ ਦੇ ਵਿੱਚ ਉਤਾਰ ਲਿਆ ਹੋਵੇ, ਤਾਂ ਗੁਰੂ ਨਾਨਕ ਮਹਾਰਾਜ ਦੀ ਦ੍ਰਿਸ਼ਟੀ ਇਹ ਵੇਖਦੀ ਹੈ ਕਿ ਲਹਿਣੇ ਦਾ ਕਲਬੂਤ, ਲਹਿਣੇ ਦਾ ਸਰੀਰ ਹੀ ਵੱਖਰਾ ਹੈ, ਅੰਦਰ ਤਾਂ ਇਹਦੇ ਮੈਂ ਜੀ ਰਿਹਾ, ਅੰਦਰ ਤਾਂ ਇਹਦੇ ਮੈਂ ਬੈਠਾ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਜਿਸ ਵਿੱਚ ਸਾਹਿਬ ਲਿਖਦੇ ਨੇ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਜਿੱਥੇ ਬਾਣੀ ਦੇ ਵਿੱਚ, ਦੁਨੀਆ ਦੇ ਕਿਸੇ ਧਰਮ ਗ੍ਰੰਥ ਵਿੱਚ ਐਸਾ ਨਹੀਂ ਵੀ ਗੁਰੂ ਦਾ, ਸੇਵਕ ਦਾ, ਪੈਗੰਬਰ ਦਾ, ਮੁਰੀਦ ਦਾ ਫਰਕ ਮਿਟ ਗਿਆ ਹੋਏ। ਇੱਕ ਗੁਰੂ ਗ੍ਰੰਥ ਸਾਹਿਬ ਵਾਹਿਦ ਐਸੇ ਧਰਮ ਗ੍ਰੰਥ ਨੇ ਜਿਨ੍ਹਾਂ ਦੇ ਵਿੱਚ ਲਿਖਿਆ ਗਿਆ ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋੜ ਹੈ ਸੋ ਗੁਰ ਖੁਸ਼ੀ ਆਵੇ। ਔਰ ਇਹਦੀ ਤਸਦੀਕ ਜਿਹੜੀ ਭਾਈ ਗੁਰਦਾਸ ਨੇ ਕੀਤੀ, ਉਹ ਕਹਿੰਦੇ ਨੇ ਗੁਰ ਚੇਲਾ, ਚੇਲਾ ਗੁਰ ਸੰਦਾ। ਵੇਖੋ, ਗੁਰੂ ਚੇਲਾ ਹੋ ਗਿਆ ਅਤੇ ਚੇਲਾ ਗੁਰੂ ਹੋ ਗਿਆ, ਪਰ ਇਹਦੇ ਮਿਆਰ ਨੂੰ ਜ਼ਰੂਰ ਚੇਤੇ ਰੱਖਿਓ। ਸਾਡੇ ਲਈ ਬਹੁਤ ਸੌਖਾ ਹੈ, ਸਾਰਾ ਸਾਲ ਮੇਰੇ ਵਰਗਾ ਪੱਬਾਂ ਕਲੱਬਾਂ 'ਚ ਧੱਕੇ ਖਾਂਦਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰਪੁਰਬ 'ਤੇ ਢੋਲਕੀ ਨੂੰ ਤਾਲ ਦੇ ਕੇ ਕਹਿੰਦਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਅਤੇ ਭੁਲੇਖਾ ਇਹ ਪਾਲ ਲਈ ਦਾ ਖਰੇ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਹੀ ਚੇਲੇ ਹੋ ਗਏ ਨਾ। ਮਿਆਰ ਜ਼ਰੂਰ ਰੱਖਿਓ ਵੀ ਜਿਸ ਦੇ ਸਾਹਮਣੇ ਗੁਰੂ ਨਾਨਕ ਮਹਾਰਾਜ ਨੇ ਸਿਜਦਾ ਕੀਤਾ ਨਾ, ਬੰਦਾ ਆਮ ਨਹੀਂ ਸੀ, ਉਹਨੇ ਆਮ ਤੋਂ ਖਾਸ ਦੇ ਰੁਤਬੇ ਪਾਏ ਸਨ। ਉਹਨੇ ਆਪਣਾ ਵਜੂਦ ਮਲੀਆ ਮੇਟ ਕਰਕੇ ਗੁਰੂ ਨਾਨਕ ਨੂੰ ਆਪਣੀ ਆਤਮਾ 'ਚ ਉਤਾਰ ਲਿਆ ਸੀ। ਕਲਗੀਧਰ ਸਾਹਿਬ ਮਹਾਰਾਜ ਜਿਨ੍ਹਾਂ ਪੰਜਾਂ ਪਿਆਰਿਆਂ ਕੋਲੋਂ ਖੰਡੇ ਦੀ ਪਹੁ ਲੈਂਦੇ ਨੇ, ਸਧਾਰਨ ਨਹੀਂ ਸਨ। ਤੇਗ ਦੀ ਧਾਰ ਦੇ ਉੱਤੇ ਆਪਣੇ ਸੀਸ ਰੱਖ ਕੇ, ਆਪਣੀ ਪਰਖ ਦੀ ਕਸਵੱਟੀ ਦੇ ਉੱਤੇ ਉਹ ਖਰੇ ਉਤਰ ਕੇ ਆਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਤਾਂ ਉਹਨਾਂ ਨੂੰ ਆਪਣਾ ਰੂਪ ਆਖਿਆ ਸੀ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਇਹ ਮਾਣ ਲੈਣਾ ਤਾਂ ਉਸ ਕਸਵੱਟੀ 'ਤੇ ਖਰੇ ਉਤਰਨਾ ਪਏਗਾ। ਅਸੀਂ ਮਤਾਂ ਇਹ ਭੁਲੇਖੇ 'ਚ ਪਾੜੀਏ ਵੀ ਸਾਨੂੰ ਕੱਚਿਆਂ ਨੂੰ ਗੁਰੂ ਆਪਣੀਆਂ ਨਜ਼ਰਾਂ 'ਤੇ ਬਿਠਾ ਲਏਗਾ, ਨਹੀਂ, ਗੁਰੂ ਉਹ ਮਿਆਰ ਵੀ ਚਾਹੁੰਦਾ। ਜ਼ਰਾ ਕੁ ਸੋਚ ਕੇ ਵੇਖੋ, ਤੁਸੀਂ ਬੜਾ ਕੀਮਤੀ ਗਹਿਣਾ ਲਿਆਓ, ਉਹਨੂੰ ਕਿੱਥੇ ਰੱਖੋਗੇ? ਉਹਦੀ ਪੈਕਿੰਗ ਵੀ ਵੱਖਰੇ ਢੰਗ ਦੀ ਹੁੰਦੀ ਹੈ। ਜਿੰਨੀ ਕੀਮਤੀ ਚੀਜ਼ ਆਪਾਂ ਬਾਜ਼ਾਰ 'ਚੋਂ ਲਿਆਉਂਦੇ ਹਾਂ ਨਾ, ਉਹ ਵਧੀਆ ਪੈਕਿੰਗ ਦੇ ਵਿੱਚ ਹੀ ਮਿਲਦੀ ਹੈ। ਕਦੇ ਤੁਸੀਂ ਸੋਨੇ ਚਾਂਦੀ ਦੇ ਗਹਿਣੇ, ਹੀਰੇ ਹੋਣ ਤੁਹਾਡੇ ਘਰ 'ਚ, ਤੁਸੀਂ ਗਾਰਬੇਜ ਬੈਗ 'ਚ ਪਾ ਕੇ ਰੱਖੇ ਨੇ? ਚੋਰੀ ਦੇ ਤਾਂ ਭਾਵੇਂ ਕੋਈ ਰੱਖ ਲਵੇ, ਪਰ ਆਪਣੀ ਮਿਹਨਤ ਦੇ ਕਮਾਏ ਹੋਏ ਇਹ ਚੀਜ਼ਾਂ ਵੀ ਕੋਈ ਡਸਟਬਿਨ ਵਿੱਚ ਨਹੀਂ ਰੱਖਦਾ, ਉਹਨਾਂ ਨੂੰ ਚੰਗੀਆਂ ਅਲਮਾਰੀਆਂ ਵਿੱਚ, ਸੋਹਣੀ ਪੈਕਿੰਗ ਦੇ ਵਿੱਚ ਰੱਖਦਾ। ਜਿੰਨੀ ਮਹਿੰਗੀ ਚੀਜ਼ ਹੈ ਉਹਦੀ ਸੰਭਾਲ ਵਾਸਤੇ ਜਗ੍ਹਾ ਵੀ ਉਨੀ ਪੁਖਤਾ, ਉਨੀ ਵਧੀਆ ਲੱਭੀ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪ੍ਰਥਾਇਕ ਬਚਨ ਹੋਰ ਕਿਹਾ, ਉਹ ਕੀ ਹੈ? ਨਾਨਕ ਸਲਾਮਤ ਥੀਮਦ ਹੈ। ਸਲਾਮਤ ਦਾ ਮਤਲਬ ਹੁੰਦਾ ਵੀ ਹੋਸ਼ ਵੀ ਕਾਇਮ ਹੋਵੇ, ਹਵਾਸ ਮਤਲਬ ਸਾਹ ਵੀ ਆਉਂਦੇ, ਹੁਣ ਉਹਨੂੰ ਸਲਾਮਤੀ ਕਹਿੰਦੇ ਨੇ। ਗੁਰੂ ਨਾਨਕ ਮਹਾਰਾਜ ਨੇ ਆਪਣੇ ਹੋਸ਼ ਅਤੇ ਹਵਾਸ ਦੇ ਵਿੱਚ ਭਾਈ ਲਹਿੜੇ ਨੂੰ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਆਪਣੀ ਜਗ੍ਹਾ ਚੁਣਿਆ। ਹੁਣ ਮੈਂ ਇੱਕ ਨੁਕਤਾ ਅਖੀਰ ਉੱਤੇ ਬਿਆਨ ਕਰਕੇ ਸਮਾਪਤੀ ਕਰਾਂਗਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਹਯਾਤੀ ਸ਼ਬਦ ਦੀ ਵਡਿਆਈ ਅਤੇ ਸ਼ਬਦ ਦੀ ਮਹਿਮਾ ਦਾ ਪਾਠ ਦ੍ਰਿੜ ਕਰਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ 5 ਕੁ ਦਿਨ ਪਹਿਲਾਂ ਭਾਈ ਲਹਿਣਾ ਜੀ ਨੂੰ
ਆਪਣੀ ਜਗ੍ਹਾ ਸ਼ਸ਼ੋਭਿਤ ਕਰ ਦਿੱਤਾ ਸੀ। ਸਿੱਖਾਂ ਦੇ ਵਿੱਚ ਇੱਕ ਵੈਰਾਗ ਪੈਦਾ ਹੋਇਆ। ਉਹਨਾਂ ਨੇ ਆਖਿਆ, ਮਹਾਰਾਜ ਤੁਹਾਡੀ ਸੰਗਤ ਸੋਭਤ ਮਾਣੀ ਹੈ, ਤੁਹਾਡੀ ਬੜੀ ਯਾਦ ਆਇਆ ਕਰੇਗੀ, ਚੇਤਾ ਆਏਗਾ। ਪਤਾ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਕੀ ਸਨ? ਭਾਈ ਸੈਦੋ ਨੇ ਆਪਣੀ ਜਨਮ ਸਾਖੀ ਵਿੱਚ ਲਿਖਿਆ ਹੈ, ਗੁਰੂ ਨਾਨਕ ਮਹਾਰਾਜ ਨੇ ਆਖਿਆ, ਮੈਨੂੰ ਕਬਰ ਵਿੱਚੋਂ ਨਾ ਲੱਭਿਓ, ਮੈਨੂੰ ਮੜੀ ਵਿੱਚੋਂ ਨਾ ਤਲਾਸ਼ਿਓ। ਅਕਸਰ ਕੀ ਹੁੰਦਾ, ਦੁਨੀਆ ਦੇ ਮਹਾਨ ਲੋਕਾਂ ਨਾਲ ਮੁਹੱਬਤ ਹੁੰਦੀ ਹੈ, ਉਸ ਦੀ ਉਮਤ ਦੀ, ਉਹ ਪ੍ਰੇਮ ਦਾ ਝਲਕਾਰਾ ਅੰਦਰ ਰੱਖਦੇ ਨੇ, ਸ਼ਰਧਾ ਹੁੰਦੀ ਹੈ, ਮੁਹੱਬਤ ਹੁੰਦੀ ਹੈ, ਪਿਆਰ ਹੁੰਦਾ, ਸਮਰਪਣ ਭਾਵ ਹੁੰਦਾ। ਪਰ ਜੇ ਉਹ ਸ਼ਰਧਾ ਨੂੰ, ਪ੍ਰੇਮ ਨੂੰ ਸਾਂਭਿਆ ਨਾ ਜਾਏ ਤਾਂ ਉਹ ਕਿਰਾਏ ਪੈ ਜਾਂਦਾ, ਆਪਣੇ ਪੈਗੰਬਰਾਂ ਦੀ ਸਿੱਖਿਆ ਦੀ ਉਲਟੀ ਤੁਰ ਪੈਂਦਾ। ਲੋਕ ਕੀ ਕਰਦੇ ਨੇ, ਉਹਨਾਂ ਦੀਆਂ ਮੂਰਤੀਆਂ ਬਣਾ ਲੈਂਦੇ ਨੇ, ਉਹਨਾਂ ਦੀਆਂ ਤਸਵੀਰਾਂ ਕੱਢ ਲੈਂਦੇ ਨੇ, ਵੀ ਇਹ ਸਾਡੇ ਪੈਗੰਬਰ ਦੀ, ਭਾਵੇਂ ਉਹਨੇ ਸਾਰੀ ਜ਼ਿੰਦਗੀ ਇਹਦੇ ਵਿਰੋਧ ਵਿੱਚ ਹੀ ਪ੍ਰਚਾਰ ਕੀਤਾ ਹੋਵੇ। ਉਹਦੀ ਕਬਰ ਬਣਾ ਕੇ ਉਹਦੀ ਮਿੱਟੀ ਪੂਜਦੇ ਰਹਿੰਦੇ ਨੇ, ਉਹਦੀ ਮੜੀ ਬਣਾ ਕੇ, ਉਹਦੀ ਮੜੀ ਦੇ ਉੱਤੇ ਚਾਦਰਾਂ ਚੜ੍ਹਾ ਕੇ, ਨਿਆਜ਼ਾਂ ਦੇ ਕੇ ਮੱਥੇ ਟੇਕਦੇ ਰਹਿੰਦੇ ਨੇ। ਵੇਖਣਾ ਕਿਤੇ ਆਪਣੇ ਪ੍ਰੇਮ ਨੂੰ ਜ਼ਾਇਆ ਨਾ ਕਰ ਲੈਣਾ, ਆਪਣੀ ਮੁਹੱਬਤ ਨੂੰ ਕਿਰਾਏ ਨਾ ਪਾ ਲੈਣਾ, ਆਪਣੀ ਮੁਹੱਬਤ ਨੂੰ ਸਾਂਭ ਕੇ ਰੱਖਣਾ। ਇਸ ਕਰਕੇ ਮੇਰਾ ਇਹ ਉਪਦੇਸ਼ ਯਾਦ ਰੱਖਣਾ, ਬਾਬਾ ਨਾ ਮੜੀ ਨਾ ਗੋਰ, ਗੋਰ ਕਹਿੰਦੇ ਨੇ ਕਬਰ ਨੂੰ, ਬਾਬਾ ਨਾ ਮੜੀ ਨਾ ਗੋਰ ਕਿੱਥੇ ਹੈ, ਗੁਰ ਅੰਗਦ ਕੇ ਹੀਏ ਮਾਹੇ, ਮੈਂ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਨਿਵਾਸ ਰੱਖਦਾ। ਔਰ ਅਗਲੀ ਗੱਲ, ਔਰ ਸਤ ਸੰਗਤ ਮੋਂ ਬਸਬੋ ਕਰੋ, ਮੇਰਾ ਵਾਸਾ ਸਤ ਸੰਗਤ ਵਿੱਚ ਹੈ, ਜਦੋਂ ਤੁਸੀਂ ਮੇਰੇ ਉਪਦੇਸ਼ ਕਲਾਮ ਬਾਣੀ ਨੂੰ ਪੜੋਗੇ ਤਾਂ ਮੈਂ ਉੱਥੇ ਮੌਜੂਦ ਹੋਵਾਂਗਾ। ਗੁਰੂ ਕੇ ਸਿੱਖੋ, ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਲਿਖਣ ਵਾਲਿਆਂ ਨੇ, ਇਹ ਬਹੁਤ ਦੇਰ ਬਾਅਦ ਲਿਖੀ ਗਈ, ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ, ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਝਗੜਾ ਪੈਦਾ ਹੋ ਗਿਆ। ਉਹਨਾਂ ਆਖਿਆ ਗੁਰੂ ਸਾਡਾ ਪੀਰ ਹੈ, ਅਤੇ ਉਹਨਾਂ ਆਖਿਆ ਗੁਰੂ ਸਾਡਾ ਅਵਤਾਰ ਹੈ। ਉਹਨਾਂ ਆਖਿਆ ਦੇਈ ਸਾਡੇ ਹਿਸਾਬ ਨਾਲ ਸਾਂਭੀ ਜਾਏਗੀ, ਅਤੇ ਉਹਨਾਂ ਆਖਿਆ ਦੇਈ ਸਾਡੇ ਹਿਸਾਬ ਨਾਲ ਸਾਂਭੀ ਜਾਏਗੀ। ਮੈਂ ਹੈਰਾਨ ਹੁੰਦਾ ਲਿਖਣ ਵਾਲੇ 'ਤੇ, ਉਹਨੇ ਗੁਰੂ ਨਾਨਕ ਸਾਹਿਬ ਦੇ ਉੱਤਰਾਧਿਕਾਰੀ ਭਾਈ ਲਹਿਣੇ ਦਾ ਤਾਂ ਜ਼ਿਕਰ ਹੀ ਨਾ ਕੀਤਾ, ਵੀ ਉਹ ਕਿਹੜੇ ਪਾਸੇ ਖੜ੍ਹੇ ਸਨ। ਉਹਨੂੰ ਇਹ ਚੇਤਾ ਹੀ ਭੁੱਲ ਗਿਆ ਵੀ ਗੁਰੂ ਨਾਨਕ ਮਹਾਰਾਜ ਦੇ ਲੱਖਾਂ ਕਰੋੜਾਂ ਫੋਲੋਅਰ ਸਿੱਖ ਵੀ ਤਾਂ ਬਣੇ ਸਨ, ਉਹ ਕਿੱਧਰ ਗਏ? ਗੁਰੂ ਨਾਨਕ ਸਾਹਿਬ ਦੇ ਪਰਿਵਾਰ ਨੂੰ ਕਿਸੇ ਪੁੱਛਿਆ ਹੀ ਨਾ, ਅਤੇ ਲੋਕ ਚਾਦਰਾਂ ਵੀ ਪਾੜਨ ਲੱਗ ਪਏ ਵੀ ਅੱਧੀ ਚਾਦਰ ਸਾਡੀ ਅਤੇ ਅੱਧੀ ਤੁਹਾਡੀ, ਸਿੱਖ ਕਿੱਥੇ ਹੈ? ਗੁਰੂ ਨਾਨਕ ਸਾਹਿਬ ਦਾ ਉੱਤਰਾਧਿਕਾਰੀ ਕਿੱਥੇ ਗਿਆ? ਗੁਰੂ ਨਾਨਕ ਸਾਹਿਬ ਦਾ ਪਰਿਵਾਰ ਕਿੱਥੇ ਗਿਆ? ਇਵੇਂ ਮਨਫੀ ਕੀਤਾ ਗਿਆ ਸਿੱਖੀ ਦੀ ਨਿਰਾਲੀ ਦਿੱਖ ਨੂੰ, ਅਤੇ ਸਾਨੂੰ ਪਤਾ ਵੀ ਨਾ ਲੱਗਿਆ। ਅਸੀਂ ਤਾਂ ਇਸੇ 'ਚ ਹੀ ਖੁਸ਼ ਸਾਂ ਵੀ ਜੇ ਸਾਡੇ ਬਾਬੇ ਦੀ ਚਾਦਰ ਪਾੜ ਕੇ ਅਗਲੇ ਵੰਡਦੇ ਨੇ ਤਾਂ ਸਾਨੂੰ ਕੀ ਇਤਰਾਜ਼ ਹੈ, ਜਿੰਨੇ ਮਰਜ਼ੀ ਟੋਟੇ ਕਰ ਲਓ, ਪਰ ਸਾਡੇ ਤਾਂ ਲੀਰ ਵੀ ਹੱਥ ਨਾ ਆਈ। ਜ਼ਰਾ ਸੋਚਿਓ, ਗੁਰੂ ਨਾਨਕ ਸਾਹਿਬ ਨੇ ਜੋ ਉਪਦੇਸ਼ ਸਾਰੀ ਹਯਾਤੀ ਦਿੱਤਾ ਹੈ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਅਤੇ ਭਾਈ ਲਹਿਣੇ ਨੇ ਉਹਦਾ ਪਾਲਣ ਵੀ ਡੰਕੇ ਦੀ ਚੋਟ 'ਤੇ ਕੀਤਾ। ਸਤਿਗੁਰੂ ਨੇ ਆਪਣੇ ਸਰੀਰ ਨਾਲ ਕਿਸੇ ਨੂੰ ਨਹੀਂ ਸੀ ਜੋੜਿਆ, ਸ਼ਬਦ ਨਾਲ ਜੋੜਿਆ, ਉਪਦੇਸ਼ ਨਾਲ ਜੋੜਿਆ। ਔਰ ਗੁਰੂ ਨਾਨਕ ਮਹਾਰਾਜ ਭਲੇ ਹੀ ਸਰੀਰ ਦੀ ਆਪਣੀ ਇੱਕ ਅਹੁਦ ਹੈ, ਸਰੀਰ ਦਾ ਆਪਣਾ ਇੱਕ ਕੁਦਰਤੀ ਕਾਨੂੰਨ ਹੈ, ਪਰ ਗੁਰੂ ਨਾਨਕ ਮਹਾਰਾਜ ਸਦੀਵ ਕਾਲ ਜੀਵਤ ਨੇ ਆਪਣੀ ਬਾਣੀ ਆਪਣੇ ਸ਼ਬਦ ਦੇ ਰੂਪ ਵਿੱਚ। ਜੇ ਅਸੀਂ ਬਾਣੀ ਦੇ ਵਿੱਚੋਂ ਸਤਿਗੁਰੂ ਨੂੰ ਤਲਾਸ਼ਦੇ ਹਾਂ ਤਾਂ ਸਤਿਗੁਰੂ ਸਦਾ ਹੀ ਸਾਡੇ ਕੋਲ ਨੇ, ਸਾਡੇ ਨਿਕਟ ਨੇ। ਇਸ ਯਕੀਨ ਅਤੇ ਇਸ ਵਿਸ਼ਵਾਸ ਦੇ ਨਾਲ ਸਦਾ ਗੁਰਬਾਣੀ ਦੇ ਉਪਦੇਸ਼ ਨਾਲ ਜੁੜਨ ਦਾ ਯਤਨ ਕਰੀਏ। ਅੱਜ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਲਈ ਗੁਰੂ ਨਾਨਕ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਵਾਚਣਾ, ਵਿਚਾਰਨਾ, ਪੜ੍ਹਨਾ, ਕਮਾਉਣਾ
ਅੱਜ ਸਿੱਖ ਦੇ ਜੀਵਨ ਦਾ ਪਰਮ ਫਰਜ਼ ਕਰਤੱਵ ਅਤੇ ਧਰਮ ਹੈ। ਸਾਹਿਬ ਕਿਰਪਾ ਕਰਨ, ਅਸੀਂ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨਾਲ ਜੁੜੇ ਰਹੀਏ। ਸਤਿਗੁਰੂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।